ਕੁਰੰਦੀ ਸਿੰਗਲ ਕੁੱਕੀ ਗਿੱਲ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਗੱਲਾਂ ਕਹੀਆਂ ਉਹਨੇ ਕਾਫੀ ਸਾਰੀਆਂ ਤੇ ਜਿਹੜੀਆਂ ਕੱਲੇ ਅਮਰਤਪਾਲ ਤੱਕ ਸੀਮਤ ਨਹੀਂ ਰਹਾ ਉਹ ਉਸਨੇ ਤਕਰੀਬਨ ਖਾੜਕੂ ਸੰਘਰਸ਼ ਦੀ بنیاد ਨੂੰ ਵੀ ਛਕਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੀ ਲਹਿਰ ਦੀ। ਅਸਿੰਦੇ ਤੌਰ ਤੇ ਇੱਕ ਸੰਤ ਜਰਨਲ ਸਿੰਘ ਦੀ ਅਲੋਚਨਾ ਕਰਨ ਲਈ ਵੀ ਉਹ ਉਦਿਆਂ ਸਾਰੀਆਂ ਗੱਲਾਂ ਤੋਂ ਇਹ ਪ੍ਰਭਾਵ ਵੰਡ ਹੈ ਜਿਵੇਂ ਜ਼ਮੀਨ ਤਿਆਰ ਕਰ ਰਹੇ। ਤੋਂ ਕਿਸੇ ਵੀ ਮੌਕੇ ਹੋ ਇਸ ਤਰ੍ਹਾਂ ਖੁੱਲ ਕੇ ਹੋ ਸਕਦਾ ਸੰਤਾਂ ਦੇ ਖਿਲਾਫ ਵੀ ਬੋਲਵੇ। ਕਿ ਜਿਸ ਕਿਸਮ ਦੀਆਂ ਹੁਣ ਤਾਕਤਾਂ ਉਹਦੀ سپورਟ ਚ ਆ ਗਈਆਂ। ਕਿ ਜਿੰਨੀਆਂ ਪੰਥ ਵਿਰੋਧੀ ਤਾਕਤਾਂ ਸੈਕੂਲਰਿਸਟ, ਨੈਸ਼ਨਲਿਸਟ, ਲਿਬਰਲ ਸਿੱਖ ਵੱਲੋਂ ਸਾਰੀ ਤਕਰੀਬਨ ਜਿਹੜੇ ਇਸ ਤਰ੍ਹਾਂ ਦੇ ਹੈਗੇ ਨਾ ਰੁਝਾਨ ਉਤਰਾਵਾ ਉਹ ਸਾਰੀਆਂ ਉਹਦੇ ਪੱਖ ਦੇ ਵਿੱਚ ਨਤਰਿਆਂ ਉਹਨੂੰ ਸਪੋਰਟ ਕਰ ਰਹੀਆਂ ਉਹ ਵੀ ਜਾਇਜਾ ਕਰ ਕਰ ਰਹੀਆਂ ਤੇ ਉਹਨੂੰ ਇੱਕ ਹਿਸਾਬ ਨਾਲ ਹੱਲਾਸ਼ੇਰੀ ਵੀ ਦੇ ਰਹੀਆਂ ਵੀ ਹੋਰ ਬੋਲ ਖੁੱਲ ਕੇ ਤੇ ਉਹ ਹੱਲਾਸ਼ੇਰੀ ਲੈ ਵੀ ਰਿਹਾ ਸੋ ਇਹ ਗੱਲ ਥੋੜੀ ਅਜੀਬ ਤਾਂ ਲੱਗ ਸਕਦੀ ਹੈ ਵੀ ਜਿਹੜਾ ਬੰਦਾ ਖਾੜਕੂ ਸੰਘਰਸ਼ ਦੀਆਂ ਮੋਰ ਲੀਆਂ ਸਫਾਂ ਚ ਰਿਹਾ ਹੈ ਜਿਨੇ ਏਡੇ ਏਡੇ ਮਤਲਬ ਸੂਰਮ ਗਤੀ ਭਰੇ ਕਾਰਨਾਮੇ ਕੀਤੇ ਰਮਨੀਕ ਸਿੰਘ ਇਸ ਗੱਲ 'ਚ ਕੋਈ ਰੌਲਾ ਨਹੀਂ ਮਤਲਬ ਅੱਜ ਜੋ ਮਰਜ਼ੀ ਉਹ ਬੋਲੀ ਜਾਵੇ ਉਹਦੇ ਖਿਲਾਫ ਜਿੰਨੀ ਮਰਜ਼ੀ ਸਾਨੂੰ ਔਖ ਹੋਵੇ ਨਫ਼ਰਤ ਹੋਵੇ ਪਰ ਇੱਕ ਤੱਥ ਤਾਂ ਪ੍ਰਵਾਨ ਕਰਨਾ ਪਊ ਕਿ ਸਿੱਖ ਸੰਘਰਸ਼ ਚ ਉਹਦਾ ਤੇ ਉਹਦਾ ਜਿਹੜਾ ਪੂਰਾ ਗਰੁੱਪ ਸੀਗਾ ਉਹਨਾਂ ਦਾ ਬਹੁਤ ਵੱਡਾ ਰੋਲ ਤੋ ਮੇਰੇ ਮੁਤਾਬਕ ਕੁੱਕੀ ਦੀਆਂ ਹੁ ਜਿੰਨੀਆਂ ਕੇ ਦੀਆਂ ਗੱਲਾਂ ਸੁਣ ਰਹੇ ਆ ਇਹਦੇ ਵਿਚਾਰ ਉਹਦੇ ਚੋ ਇਹ ਹੈ ਵੀ ਇਹ ਧਾਰਮਿਕ ਸ਼ਰਧਾ ਵਾਲਾ ਬੰਦਾ ਨਹੀਂ ਸੀ ਇਹ ਮੇਨਲੀ ਗੈਰਤਬੰਦ ਬੰਦਾ ਅਣਖੀ ਕੁੱਕੀ ਮੇਰੇ ਮੁਤਾਬਕ ਕਿਹੜਾ ਜਾਂ ਬੰਦਾ ਹੈ ਸੰਗਾਰ ਸਿਚ ਜਾ ਕੇ ਵੀ ਇਹਦਾ ਕਾਇਆ ਕਲਪ ਨਹੀਂ ਹੋਇਆ ਇਹਦੇ ਬਖਰੇਵੇਂ ਸਿਧਾਂਤਕ ਹੋਣ ਅਮਰਤਪਾਲ ਸਿੰਘ ਨਾਲ ਤੋ ਕੋਈ ਵੱਡੀ ਕੋਈ ਮਾੜੀ ਗੱਲ ਪਰ ਇਹ ਸਿਧਾਂਤ ਕੁ ਬਖਰੇ ਮੈਂ ਥੋੜਾ ਅਸਰ ਰਿਹਾ ਹੈ ਤੇ ਕੱਲ ਦਾ ਜਵਾਬ ਹੈ ਗ੍ਰੈਜੂਏਟ ਬਣੀ ਲੋਕ ਤਾਂ ਬੜਾ ਕੁਝ ਛੱਡ ਜਾਂਦੇ ਨੇ ਲੋਕ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਟੋਟਲ ਪਰਿਵਾਰ ਖਤਮ ਕਰਵਾ ਦਿੱਤਾ ਕਿੰਨੀਆਂ ਉਦਾਹਰਨਾਂ ਆਪ ਕੋਲ ਵੀ ਤੇ ਤੇਰਾ ਤਾਂ ਇੱਕ ਉਹ ਡਿਗਰੀ ਛੱਡਤੀ ਨਾ ਉਹਦਾ ਵਾਰ-ਵਾਰ ਮਤਲਬ ਜ਼ਿਕਰ ਕਰਨਾ ਬੇਰਵਾ ਪਾਉਣਾ ਭਾਈ ਗਲਜੀਤ ਸਿੰਘ ਬਿੱਟੂ ਕਦੇ ਇਹ ਗੱਲ ਨਹੀਂ ਕਰੂਗਾ ਪਰ ਜਿਹੜੇ ਬੰਦਾ ਮਤਲਬ ਇੱਕ ਬੋਲਣ ਤੁਰ ਪਿਆ ਚੈਨਲਾਂ ਤੇ ਸਿੱਖ ਵਿਰੋਧੀ ਤਾਕਤਾਂ ਨੇ ਉਹਨੂੰ ਚੁੱਕ ਲਿਆ ਉਹਨੂੰ ਤੁਸੀਂ ਕਿਵੇਂ ਇਗਨੋਰ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ 뷰ਪੁਆਇੰਟ ਚੈਨਲ ਨਾਲ ਜੁੜੀ ਸੰਗਤ ਦਾ ਬਹੁਤ ਨਿੱਘਾ ਸਵਾਗਤ ਹੈ ਤੇ ਅੱਜ ਜਿਹੜੇ ਦੋ ਮਸਲਿਆਂ ਬਾਰੇ ਅਸੀਂ ਗੱਲਬਾਤ ਆਪ ਨਾਲ ਸਾਂਝੀ ਕਰਨੀ ਹੈ ਉਹ ਹੈਗਾ ਪਹਿਲਾ ਅਮਰਿਤਪਾਲ ਸਿੰਘ ਦਾ ਵਰਤਾਰਾ ਤੇ ਦੂਸਰਾ ਕੀ ਸਿੱਖ ਭਾਰਤ ਵਿੱਚ ਵਾਕਈ ਗੁਲਾਮ ਨੇ ਇਹਨਾਂ ਦੋਵਾਂ ਮੁੱਦਿਆਂ ਬਾਰੇ ਅਸੀਂ ਅੱਜ ਸਰਦਾਰ ਜਮੇਰ ਸਿੰਘ ਜੀ ਨਾਲ ਗੱਲਬਾਤ ਕਰਨੀ ਹੈ ਤੇ ਉਹਨਾਂ ਦਾ ਇਹਨਾਂ ਦੋਆ ਮਸਲਿਆਂ ਤੇ ਪੱਖ ਲੈਣਾ ਸੋ ਸਾਰੇ ਨਾਲੋਂ ਪਹਿਲਾਂ ਉਹਨਾਂ ਦਾ ਅਸੀਂ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਆਂ ਤੇ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਦਿਨੀ ਦੇਖਣ ਚ ਆਇਆ ਬਈ ਅਮਰਤਪਾਲ ਸਿੰਘ ਉਹਨਾਂ ਦਾ ਉਭਾਰ ਹੋਇਆ ਪੰਥਕ ਸਟੇਜ ਤੇ ਸੋ ਸਾਰੇ ਨਾਲੋਂ ਪਹਿਨਾ ਜੇ ਆਪਾਂ ਗੱਲ ਸ਼ੁਰੂ ਕਰੀਏ ਬਈ ਉਹਨਾਂ ਨੇ ਸੈਂਕੜੇ ਹੋਰ ਨੌਜਵਾਨਾਂ ਨਾਲ અમૃતપાન ਕੀਤਾ ਤੇ ਫਿਰ ਉਹਨਾਂ ਦੀ ਦਸਤਾਰ ਬੰਦੀ ਹੁੰਦੀ ਹੈ ਤੇ ਉਹ ਦਸਤਾਰ ਬੰਦੀ ਵੀ ਪਿੰਡ ਰੋਡੇ ਵਿਖੇ ਜਿਹਦੀ ਜਸਪਿੰਡ ਦੀ ਆਪ ਦੀ ਇੱਕ ਮਹੱਤਤਾ ਹੈ ਸੋ ਜਿਵੇਂ ਕਿ ਸੁਭਾਵਿਕ ਹੀ ਹੈ ਵੀ ਇਸ ਵਰਤਾਰੇ ਨੇ ਆਇ ਇਸ ਨੇ ਇਸ ਘਟਨਾ ਕਰਮ ਨੇ ਪ੍ਰतिकर्म ਤਾਂ ਇਹਦਾ ਹੋਣਾ ਹੀ ਸੀਗਾ ਉਹ ਪਾਵਾਂ ਸੁਖਾਵਾਂ ਹੋਵੇ ਆ ਉਹ ਤਿੱਖਾ ਹੋਵੇ ਅ ਸੋ ਇੱਕ ਪਾਸੇ ਤਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਬਈ ਪੰਥਕ ਸਫਿਆਂ ਅਮਰਪਾਲ ਸਿੰਘ ਦੀ ਬਹੁਤ ਚਰਚਾ ਹੁੰਦੀ ਹੈ ਤੇ ਉਹਨਾਂ ਦੇ ਜੋ ਇਹ ਉਹਨਾਂ ਨੇ ਆਪ ਦੇ ਆਪ ਨੂੰ ਇੱਕ ਪੰਥਕ ਸਟੇਜ ਤੇ ਜ਼ਾਹਰ ਕੀਤਾ ਉਹਨੂੰ ਬਹੁਤ ਸਰਾਇਆ ਜਾਂਦਾ ਹੈ ਤੇ ਦੂਸਰੇ ਪੱਖੋਂ ਉਹਨਾਂ ਦਾ ਵਿਰੋਧ ਵੀ ਹੁੰਦਾ ਹੈ ਤੇ ਬੜਾ ਤਿੱਖਾ ਪ੍ਰਤੀਕਰਮ ਉਹਨਾਂ ਕੰਨੀ ਉਹਨਾਂ ਦਾ ਹੁੰਦਾ ਹੈ ਸੋ ਤੇਖਾ ਵੀ ਕਹਿਣਾ ਅ ਕਈ ਵਾਰੀ ਬੜਾ ਛੋਟਾ ਜਾਂ ਸ਼ਬਦ ਲੱਗਦਾ ਉਹ ਤਾਂ ਬੜੇ ਘੋੜੇ ਬੋਲ ਵੀ ਬੋਲੇ ਜਾ ਰਹੇ ਨੇ ਸੋ ਸਰ ਨਾਲੋਂ ਪਹਿਲਾਂ ਆਪ ਜੀ ਤੋਂ ਅਸੀਂ ਇਸੇ ਦੀ ਵਿਆਖਿਆ ਸੁਣਨਾ ਚਾਹੁੰਦੇ ਆ ਤੇ ਖਾਸ ਕਰਕੇ ਜੋ ਪ੍ਰਤੀਕਰਮ ਪਿਛਲੇ ਦਿਨਾਂ ਚ ਰਣਜੀਤ ਸਿੰਘ ਜਾਂ ਕੁਕੀ ਗਿਲ ਵੱਲੋਂ ਹੁੰਦਾ ਹੈ ਅਮਰਤਪਾਲ ਸਿੰਘ ਉਹਨਾਂ ਦਾ ਉਸ ਨੇ ਕੌਮ ਵਿੱਚ ਬਹੁਤ ਔਖਲੇ ਵੀ ਪੈਦਾ ਕੀਤੇ ਨੇ ਤੇ ਬੜੀ ਬੜੀ ਕੌਮ ਨੂੰ ਬੜੇ ਭੰਬਲ ਪੂਸੇ ਚ ਵੀ ਪਾਇਆ ਵੀ ਅਸੀਂ ਕਿਹਦੀ ਗੱਲ ਸੁਣੀਏ ਕਿਹਦੀ ਨਾ ਸੁਣੀਏ ਜਿਵੇਂ ਕਿ ਆਪਸ ਆਪ ਜਾਣਦੇ ਹੀ ਆਂ ਵੀ ਰਣਜੀਤ ਸਿੰਘ ਕੁੱਕੀ ਗਿੱਲ ਦਾ ਸਿੱਖ ਸੰਗਰ ਸ ਵਿੱਚ ਉਹਨਾਂ ਦਾ ਇੱਕ ਵੱਡਾ ਨੋਅ ਹੈ ਉਹਨਾਂ ਦਾ ਇੱਕ ਆਦਰ ਰਤਬਾ ਹੈ ਸੋ ਜੋ ਵੀ ਉਹ ਗੱਲ ਕਰਦੇ ਨੇ ਤਾਂ ਉਹ ਸੰਜੀਦਗੀ ਨਾਲ ਲੈਣੀ ਬਣਦੀ ਹੈ ਉਹਦਾ ਅਸਰ ਉਹਦਾ ਪ੍ਰਭਾਵ ਬਹੁਤ ਲੋਕਾਂ ਤੇ ਪੈਂਦਾ ਸੋ ਸਰ ਨਾਲੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਵੀ ਆਪ ਜੀ ਇਸ ਦਾ ਇਸ ਵਰਤਾਰੇ ਦਾ ਆਪਣੇ ਸ਼ਬਦਾਂ ਚ ਵਿਸ਼ਲੇਸ਼ਣ ਕਰੋ ਇੱਕ ਰਣਜੀਤ ਸਿੰਘ ਕੁੱਕੀ ਗਿੱਲ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਚੈਨਲਾਂ ਤੇ ਆ ਕੇ ਜੈਂਟਰੀਵਿਊਜ਼ ਦੇ ਦੌਰਾਨ ਆਪਦੇ ਵਿਚਾਰ ਖੁੱਲ ਕੇ ਪ੍ਰਗਟ ਕੀਤੇ ਬੜਾ ਬੇਬਾਕ ਹੋ ਕੇ ਬਹੁਤ ਗੱਲਾਂ ਕਹੀਆਂ ਉਹਨੇ ਕਾਫੀ ਸਾਰੀਆਂ ਤੇ ਜਿਹੜੀਆਂ ਕੱਲੇ ਅਮਰਤਪਾਲ ਤੱਕ ਸੀਮਤ ਨਹੀਂ ਰਹਾ ਉਹ ਉਸ ਨੇ ਤਕਰੀਬਨ ਖਾੜਕੂ ਸੰਘਰਸ਼ ਦੀ بنیاد ਪਾ دی۔ ਉਹਨੂੰ ਵੀ ਛਟਿਆਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੀ ਲਹਿਰ ਨੂੰ। ਤੇ ਦੂਜੀ ਗੱਲ ਈਵਨ ਸਿੱਧੇ ਤੌਰ ਤੇ ਇੱਕ ਸੰਤ ਜਰਨਲਸਟ ਦੀ ਅਲੋਚਨਾ ਕਰਨ ਲਈ ਵੀ ਉਹ। ਉਹਦੀਆਂ ਸਾਰੀਆਂ ਗੱਲਾਂ ਤੋਂ ਇਹ ਪ੍ਰਭਾਵ ਵੰਡ ਹੈ ਜਿਵੇਂ ਜ਼ਮੀਨ ਤਿਆਰ ਕਰ ਰਹੇ। ਕਿ ਕਿਸੇ ਵੀ ਮੌਕੇ ਹੋ ਇਸ ਤਰੀਕ ਖੁੱਲ ਕੇ ਹੋ ਸਕਦਾ ਸੰਤਾਂ ਦੇ ਖਿਲਾਫ ਵੀ ਬੋਲੇ ਕਿ ਜਿਸ ਕਿਸਮ ਦੀਆਂ ਹੁਣ ਤਾਕਤਾਂ ਉਹਦੀ سپورਟ ਚ ਆ ਗਈਆਂ ਇੱਕ ਪੋਲਰਾਈਜੇਸ਼ਨ ਹੋ ਗਈ ਹੈ ਕਿ ਜਿੰਨੀਆਂ ਪੰਥ ਵਿਰੋਧੀ ਤਾਕਤਾਂ ਉਹਨਾਂ ਵਿੱਚ ਮੇਨਲੀ ਤਾਂ ਆਰਗੇਨਾਈਜ਼ਡ ਦਾ ਕੌਮਨਿਸਟ ਫਿਰ ਜਿਹੜੇ ਸਿੱਖ ਸੰਘਰਸ਼ ਦੇ ਵਿਰੋਧੀ ਮਿਸ਼ਨਰੀ ਢੱਡਰੀਆਂ ਵਾਲਾ ਜਿਹੜੇ ਇਸ ਤਰ੍ਹਾਂ ਦੇ ਸੈਕਸ਼ਨ ਸੈਕੂਲਰਿਸਟ ਨੈਸ਼ਨਲਿਸਟ ਲਿਬਰਲ ਸਿੱਖ ਵੱਲੋਂ ਸਾਰੀ ਤਕਰੀਬਨ ਜਿਹੜੇ ਇਸ ਤਰ੍ਹਾਂ ਦੇ ਹੈਗੇ ਨਾ ਰੁਝਾਨ ਉਤਰਾਵਾ ਉਹ ਸਾਰੀਆਂ ਉਹਦੇ ਪੱਖ ਦੇ ਵਿੱਚ ਨਿਤਰੇ ਆਈਆਂ ਉਹਨੂੰ ਸਪੋਰਟ ਕਰ ਰਹੀਆਂ ਆ ਉਹਦੀ ਜਾਇਜਾ ਕਰ ਰਹੀਆਂ ਤੇ ਉਹਨੂੰ ਇੱਕ ਹਿਸਾਬ ਨਾਲ ਹੱਲਾਸ਼ੇਰੀ ਵੀ ਦੇ ਰਹੀਆਂ ਵੀ ਹੋਰ ਬੋਲ ਖੁੱਲ ਕੇ ਬੋਲ ਕਿ ਹੱਲਾਸ਼ੇਰੀ ਲੈ ਵੀ ਰਿਹਾ ਸੋ ਇਹ ਗੱਲ ਥੋੜੀ ਅਜੀਬ ਤਾਂ ਲੱਗ ਸਕਦੀ ਹੈ ਵੀ ਜਿਹੜਾ ਬੰਦਾ ਖਾੜਕੂ ਸੰਘਰਸ਼ ਦੀਆਂ ਮੋਹਰ ਲੀਆਂ ਸਫਾਂ ਚ ਰਿਹਾ ਜਿਨੇ ਏਡੇ ਏਡੇ ਮਤਲਬ ਸੂਰਮ ਗਤੀ ਭਰੇ ਕਾਰਨਾਮੇ ਕੀਤੇ ਰਮਨਿਕ ਸਿੰਘ ਇਸ ਗੱਲ 'ਚ ਕੋਈ ਰੌਲਾ ਨਹੀਂ ਮਤਲਬ ਅੱਜ ਜੋ ਮਰਜੀ ਉਹ ਬੋਲੀ ਜਾਵੇ ਉਹਦੇ ਖਿਲਾਫ ਜਿੰਨੀ ਮਰਜੀ ਸਾਨੂੰ ਔਖ ਹੋਵੇ ਨਾਫਰਤ ਹੋਵੇ ਪਰ ਇੱਕ ਤੱਥ ਤਾਂ ਪ੍ਰਵਾਨ ਕਰਨਾ ਪਊ ਕਿ ਸਿੱਖ ਸੰਘਰਸ਼ ਚੋਦਾ ਤੇ ਉਹਦਾ ਜਿਹੜਾ ਪੂਰਾ ਗਰੁੱਪ ਸੀਗਾ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਹ ਹੁਣ ਅੱਜ ਦੇ ਲੋਕਾਂ ਨੂੰ ਜਿਹੜੇ 21ਵੀਂ ਸਦੀ ਚ ਜੰਮਿਆ ਉਹਨਾਂ ਨੂੰ ਨਹੀਂ ਪਤਾ ਉਹ ਹਾਲਤਾਂ 84 85 ਚ ਦਿੱਲੀ ਦੀ ਹਾਲਤ ਕੀ ਸੀ ਸੋ ਜਦੋਂ ਲਾਲ ਤਮਾਕਣ ਮਾਰਿਆ ਅਰਜਨਦਾਸ ਸਾਸ਼ਤਰੀ ਮਾਰਿਆ ਜਾਂ ਬੈਂਦਿਆ ਮਾਰਿਆ ਉਹ ਹਾਲਤ ਬੜੀ ਕੌਫਨਾਕ ਸੀਗੀ ਸਿੱਖਾਂ ਵਾਸਤੇ ਬਹੁਤ ਦਹਿਸ਼ਤ ਛਾਈ ਹੋਈ ਸੀ ਤੇ ਜਿਵੇਂ ਨੇ ਆਪ ਵੀ ਕਿਹਾ ਵੀ ਬڑے ਲੋਕਾਂ ਨੇ ਇਹਨੂੰ ਕਿਹਾ ਸੀ ਵੀ ਸਾਡਾ ਘਰਾਂ ਚੋਂ ਨਿਕਲਣਾ ਬੰਦ ਹੋਇਆ ਪਿਆ ਸੀ ਵੀ ਤੁਸੀਂ ਸਾਨੂੰ ਘਰਾਂ ਚੋਂ ਨਿਕਲਣ ਜੋਗੇ ਕਰਤਾ ਜਿਹਦਾ ਮਤਲਬ ਇੱਕ ਦਹਿਸ਼ਤ ਤੋੜੀ ਤੇ ਉਹਦੇ ਮੁਕਾਬਲੇ ਤੇ ਦਹਿਸ਼ਤ ਪੈਦਾ ਕੀਤੀ ਮੈਨੂੰ ਯਾਦ ਆ ਮੈਂ ਉਦਾਂ ਸਮਿਆਂ ਦੇ ਵਿੱਚ ਸ਼ਾਇਦ 1985 ਦੇ ਚ ਕਿਤੇ ਮੈਂ ਕਿਸੇ ਕੰਮ ਗਿਆ ਸੀ ਦਿੱਲੀ ਤੇ ਦਿੱਲੀ ਬੱਸ ਸੜੇ ਦੇ ਉੱਤੇ ਇਸ਼ਤਿਹਾਰ ਲੱਗੇ ਪਏ ਸੀ ਬਹੁਤ ਜ਼ਿਆਦਾ ਵੱਡੀ ਗਲਤੀ ਚ ਵੱਡੇ ਵੱਡੇ ਜੀਤੇ ਆਪਣੇ ਫੋਟੋਆਂ ਸੀਆਂ ਕੁਝ ਖੜਕੂਆਂ ਨੀਆਂ ਸੋ ਇੱਕਦਮ ਉਹ ਧਿਆਨ ਮੇਰਾ ਗਿਆ ਤੇ ਮੈਂ ਦੇਖਿਆ ਉਦੋਂ ਮੈਨੂੰ ਬਹੁਤੀ ਜਾਣ ਪਛਾਣ ਨਹੀਂ ਸੀ ਬੰਦਿਆਂ ਬਾਰੇ ਤੇ ਉਹਦਾ ਹੈਡਿੰਗ ਇਹ ਸੀ ਕਿ ਖਬਰਦਾਰ ਹੋ ਜਾਓ ਦਿੱਲੀ ਵਿੱਚ ਪੰਜਾਬ ਦੇ ਅਤੰਕਵਾਦੀ ਕੋਸਾ ਉਨਾਂ ਚੋ ਜਿੰਨੀ ਖੁਣ ਮੈਨੂੰ ਯਾਦ ਹੈ ਜੇ ਮੈਂ ਕਿਉਂਕਿ ਬੜਾ ਟਾਈਮ ਹੋ ਗਿਆ ਇੱਕ ਤਾਂ ਜਿੰਦੇ ਦੀ ਫੋਟੋ ਸੀਗੀ ਪੱਕੀ ਇੱਕ ਗੁਰਸ਼ਰਨ ਸਿੰਘ ਗਾਮੇ ਦੀ ਉਹਦੀ ਮੈਨੂੰ ਥੋੜੀ ਪਛਾਣ ਸੀਗੀ ਸ਼ਕਲ ਦੀ ਕਿਉਂਕਿ ਉਹ ਗੁਰ ਪ੍ਰੋਫੈਸਰ ਗੁਰਤਾਰਨ ਸਿੰਘ ਦਾ ਭਾਣ ਜੈ ਤੇ ਪ੍ਰੋਫੈਸਰ ਗੁਰਤਾਰਨ ਸਿੰਘ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਤੇ ਦੋਹਾਂ ਦਾ ਮੜੰਗਾ ਬਹੁਤ ਮਿਲਦਾ ਤੇ ਉਹ ਨਾਂ ਸੁਣਿਆ ਹੋਇਆ ਸੀ ਉਪਤਾ ਲੱਗ ਗਿਆ ਵੀ ਉਹ ਫਿਰ ਪੜਿਆਤਾ ਗੁਰਚਨ ਸਿੰਘ ਗਾਮਾ ਮਤਲਬ ਉਹ ਬਹੁਤ ਇਸ਼ਤਿਹਾਰ ਲਾਏ ਪਏ ਸੀ ਜਿਵੇਂ ਬਾਰਨ ਕਰਤਾ ਉਹਨਾਂ ਨੂੰ ਉਹ ਵੀ ਤੁਸੀਂ ਨਾ ਹੁਣ ਆ ਬੜੇ ਵਸਾ ਬੜੇ ਉਲਟੀ ਪੁੱਠੀ ਦੈਸ਼ ਤੇ ਜਿਵੇਂ ਨਾ ਮੋੜਮੀ ਉਹ ਪਾਤੀ ਸੀ ਸੋ ਕਾਰਨਾਮੇ ਇਹ ਕੀਤੇ ਐ ਇਹਨਾਂ ਨੇ ਉਸ ਤੋਂ ਬਾਅਦ ਚਲੋ ਬਾਹਰ ਚਲੇ ਗਏ ਉੱਥੇ ਫੜੇ ਗਏ ਤੇ ਫਿਰ ਦਿੱਲੀ ਦੀ ਜੇਲ੍ਹ ਚ ਰਹਿਣਾ ਅਨ ਆਪਣਾ ਯੂ ਐਸ ਏ ਦੀ ਜੇਲ੍ਹ ਚ ਰਹਿਣਾ ਫਿਰ ਇੱਥੇ tihard jail 'ਚ ਰਹਿਣਾ ਤੇ ਚੱਲੋ ਫਿਰ ਬਾਹਰ ਆਇਆ ਬਾਹਰ ਆ ਕੇ ਇਹ ਤਕਰੀਬਨ ਬੋਲਣਾ ਉਹਦੇ ਸ਼ੁਰੂ ਕਰਤਾ ਸੀ ਸੈਮੀਨਾਰਾਂ 'ਚ ਜਾਂ ਹੋਰ ਥਾਂ 'ਤੇ ਜੀ ਤੋ ਇਹਦੀ ਸਾਰੀ ਸੋਚ ਵਿਚਾਰਤਾਰਾ ਥਾਟ ਸਿਸਟਮ ਇਹਦਾ ਨਾ ਪੂਰਾ ਉਹ ਪ੍ਰਗਟ ਹੋ ਗਿਆ ਹੁੰਦਾ ਸੀਗਾ ਹੁਣ ਜਿਆਦਾ ਇਹ ਐਗਰੈਸਿਵ ਹੈ ਤੇ ਖਾਸ ਕਰਕੇ ਮਰਤਪਾਲ ਦੇ ਰੀਐਕਸ਼ਨ ਚ ਤੇ ਹੁਣ ਇਹ ਜਿਹੜਾ ਵਰਤਾਰਾ ਰਮਨੀਕ ਸਿੰਘ ਵੀ ਮਲਿਕ ਇੱਕ ਬੰਦਾ ਕਿਸੇ ਮੌਕੇ ਸੀਸਤਲੀ ਤੇ ਰੱਖ ਕੇ ਲੜਨ ਲਈ ਤੁਰਿਆ ਤੇ ਮੁੜ ਕੇ ਉਹ ਲਹਿਰ ਤੇ ਵੀ ਸ਼ੱਕ ਜੇ ਖੜੇ ਹੋਣ ਲੱਗ ਜਾਣ ਵੀ ਕੀ ਸੀ ਉਹ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕੋਈ ਨਵੀਂ ਨਹੀਂ ਗੱਲ ਇਹ ਹਰ ਲਹਿਰ ਕੀ ਇਸ ਤਰ੍ਹਾਂ ਵਾਪਰਦਾ ਆ ਵਾਪਰਦਾ ਉਦਾ ਕਾਰਨ ਇਹ ਹੈ ਕਿ ਜਦੋਂ ਬੰਦੇ ਲਹਿਰ ਦੇ ਵਿੱਚ ਸ਼ਾਮਲ ਹੁੰਦੇ ਨੇ ਸੰਘਰਸ਼ ਵਿੱਚ ਸਾਰੇ ਇੱਕੋ ਜਿਹੇ ਚੇਤਨਾ ਨਹੀਂ ਹੁੰਦੀ ਸਾਰਿਆਂ ਦੀ ਜਾਂ ਇੱਕੋ ਤਰ੍ਹਾਂ ਉਹ ਪ੍ਰੇਰਿਤ ਹੋ ਕੇ ਨਹੀਂ ਆਏ ਹੁੰਦੇ ਕਿਸੇ ਨੂੰ ਕੋਈ ਫੈਕਟਰ ਲਿਆਉਂਦਾ ਕਿਸੇ ਨੂੰ ਕੋਈ ਫੈਕਟਰ ਲਿਆਉਂਦਾ ਉਦੋਂ ਨਹੀਂ ਪਤਾ ਲੱਗਦਾ ਕਿ ਹੌਲੀ-ਹੌਲੀ ਲਾਈਫ 'ਚ ਜੇ ਤਾਂ ਸ਼ਹੀਦ ਹੋ ਜਾਣ ਲਹਿਰ 'ਚ ਫਿਰ ਤਾਂ ਸਮਝ ਲੋ ਨੇਵਗੇ ਬਸ ਗੱਲ ਖਤਮ ਜਦੋਂ ਜਿਉਣਾ ਪੈਂਦਾ ਬਾਅਦ 'ਚ ਲੰਮਾ ਚ ਫੇਰ ਉਹਨਾਂ ਦੀ ਥੋੜੀ ਅਸਲੀਅਤ ਜਿਹੜੀ ਹੈ ਅਸਲੀ ਕਰਦਾਰ ਕੀ ਹੈ ਉਹ ਹੌਲੀ-ਹੌਲੀ ਉਗੜਿਆ ਹੁੰਦਾ ਮੈਂ ਬਹੁਤ ਦੇਖਿਆ ਨਕਸਲੀ ਲਹਿਰ ਦੇ ਵਿੱਚ ਵੀ ਜਿਹੜੇ ਬੰਦੇ ਬੜੇ ਚੰਗੇ ਉਹਨਾਂ ਨੇ ਕੰਮ ਵੀ ਕੀਤੇ ਉਸ ਮੌਕੇ ਤੇ ਮੁੜ ਕੇ ਖਾੜਕੂ ਸੰਘਰਸ਼ 'ਚ ਵੀ ਉਹਨਾਂ 'ਚੋਂ ਬਹੁਤ ਬੰਦੇ ਨਿਗਰੇ ਵੀ ਲੱਗੇ ਜਾਤੀ ਜੀਵਨ 'ਚ ਬਹੁਤ ਨਿਗਰ ਜਾਂਦੇ ਬਹੁਤ ਬੰਦੇ ਸ਼ਰਾਬਾਂ ਪੀ ਪੀ ਕੇ ਮਤਲਬ ਆਤਮ ਹੱਤਿਆਵਾਂ ਵੀ ਹੋਈਆਂ ਬਾ ਇਹ ਵਰਤਾਰਾ ਵਾਪਰਦਾ ਕਿਉਂਕਿ ਜਦੋਂ ਉਹ ਸ਼ਾਮਲ ਹੋਏ ਹੁੰਦੇ ਨੇ ਸੰਘਰਸ਼ ਚ ਉਹ ਮਾਹੌਲ ਹੋਰ ਹੁੰਦਾ ਇੱਕ ਉਹ ਮਾਹੌਲ ਦੇ ਅਸਰੇ ਇੱਥੋਂ ਦੇ ਸ਼ਾਮਲ ਹੋਏ ਹੁੰਦੇ ਨੇ ਅੰਦਰੋਂ ਓਨੀ ਅਜੇ ਜਿਹੜਾ ਆਪਾਂ ਕਹਈਏ ਕਨਵਿਕਸ਼ਨ ਜਾਂ ਇੱਕ ਨਿਸ਼ਚਾ ਉਹ ਸਾਰਿਆਂ ਦਾ ਉਹਨਾਂ ਨਹੀਂ ਹੁੰਦਾ ਜੇ ਆਪਾਂ ਖਾੜਕੂ ਸੰਘਰਸ਼ ਦੀ ਗੱਲ ਲਈਏ ਤਾਂ ਇਹਦੇ ਚ ਦੋ ਮੇਰੇ ਮੁਤਾਬਕ ਦੋ ਕਿਸਮ ਦੇ ਦੋ ਵਰਗਾਂ ਦੇ ਬੰਦੇ ਆ ਇਕ ਤਾਂ ਦਰਬਾਰ ਸਾਹਿਬ ਤੇ ਹਮਲੇ ਤੋਂ ਜਿਨ੍ਹਾਂ ਨੂੰ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚੀ ਜਿਹੜੇ ਸ਼ਰਧਾवान ਸਿੱਖ ਸੀਦਾ ਤੇ ਜਿਹੜੇ ਗੁਰੂ ਨਾਲ ਤੇ ਦਰਬਾਰ ਸਾਹਿਬ ਨਾਲ ਜਿਨ੍ਹਾਂ ਦਾ ਬਹੁਤ ਗੂੜਾ ਜਜ਼ਬਾਤੀ ਲਗਾ ਸੀ ਉਹਨਾਂ ਨੂੰ ਤਾਂ ਫਿਰ ਨੈਚਰਲੀ ਉਹ 6:00 ਵਜੇ ਨਹੀਂ ਵੱਜਣੀ ਸੀ ਉਹ ਉਥੋਂ ਮਤਲਬ ਉਹ ਉਸ 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 ਔਖ ਚੋਂ ਕਹਿ ਲੋ ਜਾਂ ਉਸ ਰਿਐਕਸ਼ਨ ਚੋਂ ਉਹਨਾਂ ਨੇ ਫਿਰ ਇਹ ਸੀ ਵੀ ਹੁਣ ਜਿਉਣ ਦਾ ਕੋਈ ਹੱਜ ਨਹੀਂ ਜੇ ਸਾਡਾ ਗੁਰੂ ਹੀ ਸੁਰੱਖਤ ਨਹੀਂ ਤੇ ਸਾਡਾ ਦਰਬਾਰ ਸਾਹਿਬ ਵੀ ਸੁਰੱਖਤ ਨਹੀਂ ਸਾਡਾ ਮੁਕੱਦਸ ਕੇਂਦਰ ਤੇ ਫਿਰ ਕਾਦੇ ਜੀ ਬਣਾਏ ਸੋ ਜਿਹੜੇ ਬੰਦੇ ਉੱਥੇ ਸ਼ਹੀਦ ਹੋਏ ਲੜਦੇ ਉਹ ਸਾਰੇ ਇਸ ਤਰ੍ਹਾਂ ਦੀ ਕਮਿਟਮੈਂਟ ਵਾਲੇ ਸੀ ਉਹ ਕੁਏਵੇਂ ਨਹੀਂ ਸੀਗੇ ਨਹੀਂ ਇਸ ਤਰ੍ਹਾਂ ਲੜੀ ਨਹੀਂ ਸਕਦੇ ਸੀ ਭਾਰਤੀ ਫੌਜ ਦੇ ਖਿਲਾਫ ਉਸ ਤੋਂ ਬਾਅਦ ਵੀ ਜਦੋਂ ਲਹਿਰ ਚੱਲੀ ਤਾਂ ਉਹਦੇ ਵਿੱਚ ਬਹੁਤ ਸੈਕਸ਼ਨ ਜਿਹੜਾ ਟਕਸਾਲ ਨਾਲ ਜੁੜਿਆ ਤੇ ਉਧਰੋਂ ਜਿਹੜਾ ਬਬਰ ਖਾਲਸਾ ਹੈ ਇਹ ਸਾਰੇ ਬੰਦੇ ਬੜੇ ਧਰਮ ਵਿੱਚ ਪੱਕੇ ਤੇ ਧਾਰਮਿਕ ਵਿਰਤੀ ਵਾਲੇ ਬੰਦੇ ਸੀ ਤੇ ਇਹ ਮੇਨਲੀ ਉਧਰੋਂ ਪ੍ਰਭਾਤ ਪ੍ਰੇਰਿਤ ਹੋ ਕੇ ਸੰਘਰਸ਼ ਵਿੱਚ ਆਏ ਬਹੁਤ ਸੈਕਚੁਅਲ ਦੂਜਾ ਵੀ ਸੀ ਜਿੰਨਾ ਜਿਹੜੇ ਕੋਈ ਧਾਰਮਿਕ ਸ਼ਰਧਾ ਬਹੁਤੀ ਨਹੀਂ ਸੀ ਪਹਿਲਾਂ ਪਰ ਜਦੋਂ ਹਮਲਾ ਹੋਇਆ ਤੇ ਸੰਤ ਸ਼ਹੀਦ ਹੋਏ ਉਹ ਸੰਤਾਂ ਦੀ ਸ਼ਹੀਦੀ ਦਾ ਵੀ ਪ੍ਰਭਾਵ ਪਿਆ ਕਿਉਂਕਿ ਪੰਜਾਬ ਦੀ ਇੱਕ ਖਾਸ ਕਰਕੇ ਸਿੱਖਾਂ ਦੀ ਜਿਹੜੀ ਹੈ ਨਾ ਵੀ ਇੱਕ ਸ਼ਹਾਦਤ ਵੀ ਕੋਈ ਆਪਦਾ ਪ੍ਰਭਾਵ ਛੱਡਦੀ ਹੈ ਪਹਿਲਾਂ ਕਿਸੇ ਨੂੰ ਕੁਝ ਨਾ ਪਤਾ ਹੋਵੇ ਸੋ ਇੱਥੇ ਆਪਣੇ ਨਾਇਕ ਨਾਇਕਾਂ ਦੀ ਪੂਜਾ ਹੁੰਦੀ ਹੈ ਤੇ ਸ਼ਹੀਦ ਤਾਂ ਫਿਰ ਸਿਰੇ ਦਾ ਨਾਇਕ ਹੈ ਨਾ ਸੋ ਲੋਕ ਚੇਤਨਾ ਦੇ ਵਿੱਚ ਉਹਦਾ ਇੱਕ ਬਣ ਜਾਂਦਾ ਹੁੰਦਾ ਹੈ ਸੋ ਉੱਥੋਂ ਵੀ ਪ੍ਰੇਰਿਤ ਹੋਏ ਤੇ ਕੁ ਸੈਕਸ਼ਨ ਨੂੰ ਮਤਲਬ ਇਹ ਲੱਗਿਆ ਵੀ ਯਾਰ ਇਹ ਹਮਲਾ ਜਿਹੜਾ ਨਾ ਇਹ ਸਾਡੀ ਗੈਰਤ ਤੇ ਹਮਲਾ ਅਣਖ ਦਾ ਸਵਾਲ ਵੀ ਜਿਹੜਾ ਪੰਜਾਬ ਵਿੱਚ ਖਾਸ ਕਰਕੇ ਸਿੱਖਾਂ ਚ ਬਹੁਤ ਹੈਗਾ ਹੈਗਾ ਵੀ ਜਦੋਂ ਕੋਈ ਸਾਡੀ ਅਣਖ ਨੂੰ ਬੰਗਾਰੂ ਸਾਡੇ ਪਹਿਲਾ ਵਿਚਾਰ ਕੁਛ ਵੀ ਹੋਣ ਫਿਰ ਕੋਈ ਚੋਇਸ ਨਹੀਂ ਕੋਈ ਹੋਰ ਇਹ ਫੇਰ ਠੀਕ ਅਟਕ ਕਰਦੇ ਆ ਸੋ ਹੁਣ ਜਦੋਂ ਭਾਈ ਸਤਵੰਤ ਸਿੰਘ ਤੇ ਭਾਈ ਵਿਅੰਤ ਸਿੰਘ ਨੇ ਅਕਾਲ ਤਖਤ ਦੇਖਿਆ ਟੱਠਾ ਹੋਇਆ ਪਰ ਉਹਨਾਂ ਨੂੰ ਪਹਿਲਾਂ ਵੀ ਸ਼ੱਕ ਹੋ ਉਹਨੇ ਧਾਰਮਿਕ ਨਾ ਹੋ ਪਰ ਉਸ ਘੜੀ ਉਹਨਾਂ ਚ ਫਿਰ ਸਾਰਾ ਕੁਝ ਸੰਸਕਾਰ ਤਾਂ ਪਏ ਹੁੰਦੇ ਨੇ ਉਹ ਜਾਗ ਪੈਂਦੇ ਨੇ ਤੁਸੀਂ ਵੈਸੇ ਭਾਈ ਕੇਰ ਸੂਸੀਗੇ ਧਾਰਮਿਕ ਵਰਤੀ ਵਾਲੇ ਜਿਨ੍ਹਾਂ ਨੇ ਉਹਨਾਂ ਨੂੰ ਵੱਧ ਪ੍ਰੇਰਿਤ ਕੀਤਾ ਇਸ ਤਰ੍ਹਾਂ ਮਤਲਬ ਬੰਦੇ ਨਾ ਅੜੜਕਾਰ ਨਾ ਕਰਕੇ ਜ਼ਹਿਰ ਚਾਉਂਦੇ ਤੇ ਆਪਣਾ ਰੋਲ ਨਿਭਾਉਂਦੇ ਤੇ ਉਹੀ ਗੱਲ ਮੈਂ ਪਹਿਲਾਂ ਕੀਤੀ ਸੀ ਜੇ ਤਾਂ ਸ਼ਹੀਦ ਹੋ ਜਾਣ ਫਿਰ ਤਾਂ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਕੌਣ ਕਿਵੇਂ ਆਇਆ ਪਰ ਜੇ ਤੂੰ ਜਿਉਣਾ ਪੈਂਦਾ ਨਾ ਉਹ ਫਿਰ ਤਾਂ ਬੜੀਆਂ ਅਜਮਾਇਸ਼ਾਂ ਹੁੰਦੀਆਂ ਬੰਦੇ ਦੇ ਬੰਦਾ ਹੈ ਕੀ ਉਹਦਾ ਫਿਰ ਅਸਲੀਅਤ ਵੀ ਪ੍ਰਗਟ ਹੁੰਦੀ ਹੈ ਜੇਲ੍ਹ 'ਚ ਵੀ ਹੁੰਦੀ ਹੈ ਜੇਲ੍ਹ ਦਾ ਜੀਵਨ ਹੈਜ ਹੈ ਜਿੱਥੇ ਤੁਸੀਂ ਆਪ ਦਾ ਆਪ ਲੁਕੋ ਨਹੀਂ ਸਕਦੇ ਤੁਹਾਡਾ ਸਭ ਕੁਝ ਸਾਹਮਣੇ ਆ ਜਾਂਦਾ ਹੈ ਇੰਟਰੋਗੇਸ਼ਨਾਂ 'ਚ ਵੀ ਜੇਲ੍ਹ 'ਚ ਵੀ ਤੇ ਜਦੋਂ ਬਾਹਰ ਵੀ ਆਉਨੇ ਹੋ ਸੋਸਾਇਟੀ 'ਚ ਵਿਚਰਦੇ ਹੋ ਹਨਾ ਨਵੇਂ ਵਰਤਾਰੇ ਵਾਪਰਦੇ ਨੇ ਉਹਦੇ ਪ੍ਰਤੀ ਤੁਹਾਡਾ ਕੀ ਪ੍ਰਤੀਕਰਮ ਹੈ ਉਹਦੇ ਚੋਂ ਹੀ ਪਤਾ ਲੱਗਦਾ ਸੋ ਮੇਰੇ ਮੁਤਾਬਕ ਕੁੱਕੀ ਦੀਆਂ ਹੁਣ ਜਿੰਨੀਆਂ ਕਿਹੜੀਆਂ ਗੱਲਾਂ ਸੁਣ ਰਹੇ ਆ ਇਹਦੇ ਵਿਚਾਰ ਉਹਦੇ ਚੋ ਇਹ ਐ ਵੀ ਇਹ ਧਾਰਮਿਕ ਸ਼ਰਧਾ ਵਾਲਾ ਬੰਦਾ ਨਹੀਂ ਸੀ। ਇਹ ਮੈਨਲੀ ਗੈਰਤਬੰਦ ਬੰਦਾ ਅਣਖੀ। ਹੁਣ ਲੱਗਿਆ ਵੀ ਹੁਣ ਅਣਖ ਦਾ ਸਵਾਲ ਹੈ। ਮੋਛ ਦਾ ਸਵਾਲ ਨਹੀਂ ਜਿਵੇਂ ਹੁੰਦਾ। ਪਰ ਡੋਮਿਨੈਂਟ ਐਸਪੈਕਟ ਇਹਦਾ ਹੋ ਸੀ। ਸੋ ਉੱਥੋਂ ਚੱਲਿਆ ਤੇ ਉੰਜ ਦਲੇਰ ਸੀ ਲੜਾਕੂ ਸੀਗਾ। ਇਹਦਾ ਸ਼ਖਸੀ ਸੁਭਾਅ ਦੇਖਿਆ ਜਾਵੇ ਜਿਵੇਂ ਅੰਗਰੇਜ਼ੀ ਦਾ ਸ਼ਬਦ ਹੈ ਨਾ ਮੈਚੋ ਵੀ ਮਰਦ ਸੂਰਮਾ ਕਿਸੇ ਦੀ ਈਨ ਨਹੀਂ ਮੰਨਣੀ ਕਿਸ ਤੋਂ ਉਹ ਹੀ ਨਹੀਂ ਕਹਣੀ ਤੇ ਉਸ ਤਰ੍ਹਾਂ ਦਾ ਵੀ ਸੁਭਾਅ ਦਾ ਹੈਗਾ ਸੀ ਜਾਨੀ ਓਵਰਲੀ ਐਗਰੈਸਿਵ ਤੇ ਚਲੋ ਉਹ ਹੋਇਆ ਸੰਘਰਸ਼ ਨੂੰ ਮੁੜ ਕੇ ਜੇਲ੍ਹ ਚ ਵੀ ਮਲਕਾਰਨਾਮੇ ਵੀ ਕੀਤੇ ਜਦੋਂ ਜਿਹੜੀ ਹੈਗੀ ਨਾ ਅਮਰੀਕਾ ਦੀ ਜੇਲ ਉਹ ਬੰਦਿਆਂ ਨੂੰ ਬਹੁਤਿਆਂ ਨੂੰ ਪਤਾ ਨਹੀਂ ਉਹ ਕਿੰਨੀ ਔਖੀ ਹੈ ਪਰ ਇਹ ਸਚਾਈ ਹੈ ਵੀ ਇਹਨੇ ਉੱਥੇ ਵੀ ਮੜਕਣ ਵਾਲੀ ਰਹੀ ਹੈ ਥੱਲ ਮੁੜ ਕੇ ਬਾਹਰ ਆਇਆ ਕਿਵੇਂ ਆਇਆ ਉਹਦੇ ਬਾਰੇ ਹੁਣ ਬੜੀਆਂ ਗੱਲਾਂ ਚੱਲ ਰਹੀਆਂ ਹਨ ਤੇ ਮੇਰਾ ਨਹੀਂ ਖਿਆਲ ਕਿ ਇਹਨੇ ਕੋਈ ਵੱਡਾ ਅਬ ਡਿਗਨਿਟੀ ਦਾ ਕੰਪਰੋਮਾਈਜ਼ ਕੀਤਾ ਹੋਵੇ ਉਹ ਇਹਨੇ ਇੰਟੈਕਟ ਰੱਖਿਆ ਹੈ ਪਰ ਜਿੱਥੋਂ ਤੱਕ ਉਹਨੇ ਬੋਲ ਰਿਹਾ ਹੈ ਨਾ ਉਹਦੇ ਚ ਇਹ ਹੈ ਕਿ ਇਹਦਾ ਜਿਹੜਾ ਸਾਰਾ ਇਹਦੀ ਸੋਚ ਵੀ ਪ੍ਰਗਟ ਹੋ ਰਹੀ ਹੈ ਤੇ ਨਾਲ ਸਖਸ਼ੀਅਤ ਵੀ ਪ੍ਰਗਟ ਹੋਈ ਜਾਂਦੀ ਹੈ ਉਹ ਬੰਦਾ ਕਿਹੋ ਜਿਹਾ ਲਾਏ ਹੁਣ ਭਾਵੇਂ ਅਮਰਤਪਾਲ ਸਿੰਘ ਦਾ ਬਹਾਨਾ ਬਣਿਆ ਉਦੋਂ ਪਹਿਲਾਂ ਵੀ ਇਹ ਜਿਹੜਾ ਬੋਲਦਾ ਨਾ ਉਹਦੇ ਚ ਵੀ ਇਹ ਉਸ ਸੰਘਰਸ਼ ਨੂੰ ਕਾਫੀ ਬੀ ਲਿਟਲ ਉਹਨੂੰ ਛਟਿਆਉਂਦਾ ਸਮਝ ਲਓ ਜਦੋਂ ਇਹ ਆ ਵੀ ਤੁਸੀਂ ਕਿਉਂ ਤੁਰੇ ਉਦੋਂ ਤਲਬ ਦੇ ਬਾਰੇ ਤਾਂ ਬੋਲਦੇ ਬੰਦਾ ਕਹਿ ਸਕਦਾ ਹੈ ਮੈਂ ਤਾਂ ਕੋਈ ਐਡੀ ਗੱਲ ਨਹੀਂ ਸੀ ਗੁੱਸੇ ਚ ਆ ਕੇ ਸਾਰਾ ਤਾਂ ਗੁੱਸੇ ਚੰਨੇ ਗੁੱਸੇ ਚ ਉਸ ਦਾ ਤੁਰੇ ਸੀ ਬਦਲਾ ਲੈਣ ਬਾਅਦ ਸਾਰੇ ਬੰਦੇ ਇਕੱਲੇ ਗੁੱਸੇ ਚ ਨਹੀਂ ਸੀ ਤੁਰੇ ਉਹ ਕਿਸੇ ਧਾਰਮਿਕ ਨਿਸ਼ਚਾ ਚੋਂ ਬਚੰਨੇ ਸੀ ਬਹੁਤ ਬੰਦੇ ਸੀ ਜਾਂ ਜੇ ਉਦੋਂ ਨਹੀਂ ਸੀ ਉਹਨਾਂ ਚ ਉਹ ਸੰਘਰਸ਼ ਦੌਰਾਨ ਉਹਨਾਂ ਚ ਆਗੀ ਸੀ ਕੁੱਕੀ ਮੇਰੇ ਮੁਤਾਬਕ ਇਹ ਹਜਾ ਬੰਦਾ ਹੈ ਤੰਗਾਰ ਸੱਚੀ ਜਾ ਕੇ ਵੀ ਇਹਦਾ ਕਾਇਆ ਕਲਪ ਨਹੀਂ ਹੋਇਆ ਜਿਹੜੀ ਬੰਦੇ ਦੀ ਇੱਕ ਨਾ ਇੱਕ ਟਰਾਂਸਫਰਮੇਸ਼ਨ ਹੋ ਜਾਂਦੀ ਹੈ ਵੀ ਇਹ ਧਰਮ ਬਲ ਨੂੰ ਮੁੜ ਗਿਆ ਹੋਵੇ ਗੁਰਬਾਣੀ ਨਾਲ ਗੁਰੂ ਨਾਲ ਜੁੜ ਕੇ ਫਿਰ ਜਿਹੜੀਆਂ ਤੁਹਾਡੀਆਂ ਸਾਰੀਆਂ ਦੂਜੀਆਂ ਗੱਲਾਂ ਨਾ ਹੁਣ ਜਿਹੜੀ ਗੈਰਤ ਹੈ ਜੇ ਤਾਂ ਹੋ ਨੇਕ ਕਾਜ ਲਈ ਹੈ ਫਿਰ ਤਾਂ ਪੋਜੀਟਿਵ ਹੈ ਉਹਦੇ ਚ ਤੁਸੀਂ ਲੜ ਰਹੇ ਹੋ ਨਾ ਕਿ ਜਦੋਂ ਉਹ ਕਾਜ ਨਹੀਂ ਰਹਿੰਦਾ ਫਿਰ ਉਹ ਈਗੋ ਬੰਦ ਸੁ ਜਿੰਨਾ ਕਿ ਇਹ ਹੁਣ ਆਪ ਦੇ ਆਪ ਬੋਲਿਆ ਨਾ ਇਹ ਤੁਸੀਂ ਕਿਸੇ ਵੀ ਸਾਈਕਾਲੋਜਿਸਟ ਤੋਂ ਇਹ ਰਹਿ ਲੈਣੋ ਇਹ ਬੰਦਾ ਈਗੋਸੈਂਟ੍ਰਿਕ ਹੈ ਬਹੁਤ ਜ਼ਿਆਦਾ ਈਗੋ ਸੋ ਇਹਦਾ ਮਤਲਬ ਫਿਰ ਉਹ ਇਹਦੇ ਬਖਰੇਵੇਂ ਸਿਧਾਂਤਕ ਹੋਣ ਮਰਤਪਾਲ ਸਿੰਘ ਨਾਲ ਤੋਂ ਕੋਈ ਵੱਡੀ ਕੋਈ ਮਾੜੀ ਗੱਲ ਨਹੀਂ ਪਰ ਇਹ ਸਿਧਾਂਤਿਕ ਬੁਖਰੇ ਮੈਂ ਥੋੜਾ ਆਸ ਰਿਹਾ ਹੈ ਤੇ ਕੱਲ ਦਾ ਜਵਾਬ ਹੈ ਗ੍ਰੈਜੂਏਟ ਵੀ ਨਹੀਂ ਤੇ ਫੇਰ ਇਹ ਆਪਦੇ ਖਾਨਦਾਨ ਦਾ ਮਤਲਬ ਇਹਨੂੰ ਕਿੰਨਾ ਗਮਾਨ ਹੈ ਮੈਂ ਕਿਹੋ ਜਿਹਾ ਖਾਨਦਾਨ ਚੋਂ ਮੇਰਾ ਬਾਪ ਕੀ ਸੀ ਆਪਦੀ ਇੰਸਟੀਚਿਊਸ਼ਨ ਜਿਹੜੇ ਚੋਂ ਪੜਿਆ ਉਹਨੂੰ ਇਹ ਸਮਝਦੇ ਮੈਂ ਉਹ ਤਾਂ 엘ਿਟ ਜਿਹੜੀ ਇੰਸਟੀਚੂਟ ਉਹਦਾ ਵੀ ਗੁਮਾਨ ਆ ਵੀ ਬਾਕੀ ਬੰਦੇ ਕੀ ਨੇ ਸੋ ਇਹ ਜਿਹੜੀ ਐਰੋਗੈਂਸ ਆ ਨਾ ਇਸ ਕਿਸਮ ਦੀ ਆਪ ਦੇ ਆਪ ਨੂੰ ਉੱਤਮ じゃ ਸਮਝਣਾ ਉਹਦੇ ਚ ਇੱਕ ਪ੍ਰੋਬਲਮ ਤਾਂ ਇਹ ਆਉਂਦੀ ਯਾਰ ਮਨੀਕ ਸਿੰਘ ਤੇ ਜਿਹੜਾ ਹਥਿਆਰਬੰਦ ਸੰਘਰਸ਼ ਆ ਨਾ ਉਹ ਜਿਹੜੇ ਬੰਦੇ ਲੜ ਰਹੇ ਹੁੰਦੇ ਨੇ ਉਹਨਾਂ ਚ ਇਹ ਜਿਹੜੀ ਸੈਂਸ ਆਫ ਸਪੀਰੀਟੀ ਉਹ ਤਾਂ ਆਉਂਦੀ ਆਉਂਦੀ ਹੈ ਕਿਉਂਕਿ ਉਹ ਤੋਂ ਬਿਨਾ ਤੁਸੀਂ ਲੜ ਨਹੀਂ ਸਕਦੇ ਤੇ ਮਰ ਨਹੀਂ ਸਕਦੇ ਆਮ ਲੋਕ ਤਾਂ ਭੈਚ ਰਹ ਰਹੇ ਨੇ ਨਾ ਜਾਂ ਗਰਜਾਂ ਪਦਾਰਥਵਾਦੀ ਖਿੱਚਾਂ ਉਹਨਾਂ ਨੂੰ ਉਹ ਮਤਲਬ ਉਲਝਾਈ ਬੈਠੀਆਂ ਹੁੰਦੀਆਂ ਇਹ ਜਦੋਂ ਬੰਦਾ ਸਭ ਕੁਝ ਨੂੰ ਲੱਤ ਮਾਰ ਕੇ ਤੁਰਦਾ ਤੇ ਉਹ ਫਿਰ ਦੂਜਿਆਂ ਨਾਲੋਂ ਆਪਦੇ ਆਪ ਨੂੰ ਬੱਕਰਾ ਤੇ ਉੱਤਮਤਾ ਸਮਝਦਾ ਹੀ ਹੈ ਨਾ ਆਰਡੀਨਰੀ ਬੰਦਿਆਂ ਨਾਲੋਂ ਆਮ ਬੰਦਿਆਂ ਨਾਲੋਂ ਸੋ ਉਹ ਜਦੋਂ ਉਹਨੂੰ ਲੜਨ ਲਈ ਪ੍ਰੇਰਿਤ ਕਰਦੀ ਆ ਉਹ ਗੱਲ ਉਹ ਤਾਂ ਪੋਜੀਟਿਵ ਹੈ ਪਰ ਜਦੋਂ ਲਹਿਰ ਸੰਘਰਸ਼ ਖਤਮ ਹੋ ਜਾਂਦਾ ਹੈ ਪਰ ਇਹ ਸੈਂਸ ਆਫ ਸਪਿਰਿਟੀ ਉਹਦੀ ਮਾਨਸਿਕਤਾ 'ਚ ਪੱਕੇ ਤੌਰ ਤੇ ਅੰਕਿਤ ਹੋ ਜਾਈ। ਟ੍ਰਾਂਸਹੈਂਡਰ ਨਾ ਕਰਿਓ। ਫੇਰ ਉਹ ਹੰਕਾਰ ਬਣਦਾ। ਐਰੋਗੈਂਸ। ਇਹਦੀ ਸਾਰੀ ਟੋਨ, ਇਹਦੀ ਭਾਸ਼ਾ, ਇਹਦੀਆਂ ਗੱਲਾਂ। ਉਹਦੇ 'ਚ ਉਹ ਹੈਂਕਰ ਦਿਸਦੀ। ਛੋ ਮੇਰੇ ਮੁਤਾਬਕ ਹੈ ਵੀ ਇਹ ਬਹੁਤ ਹੀ ਈਗੋਸੈਂਟ੍ਰਿਕ ਹੈ ਪਰਸਨੈਲਿਟੀ ਦੂਜੀ ਗੱਲ ਕੈਰੀਅਰਿਸਟ ਵੀ ਹੈ ਜਿਹੜਾ ਬਾਰ ਬਾਰ ਕਹਿੰਦਾ ਨਾ ਮੈਂ ਐਡਾ ਵੱਡਾ ਕੈਰੀਅਰ ਛੱਡਿਆ ਆਪਦਾ ਜੀ ਦਾ ਮਤਲਬ ਉਹ ਝੋਰਾ ਕਿਤੇ ਜੇ ਤੁਸੀਂ ਇਸ ਗੱਲ ਦਾ ਵੀ ਹੰਕਾਰ ਕਰਦੇ ਹੋ ਵੀ ਮੈਂ ਐਵੇਂ ਥੋੜਾ ਗਲੀਆਂ ਚ ਤੁਰਿਆ ਫਿਰਦਾ ਸੀ ਮੈਂ ਤਾਂ ਪੀ ਐਚ ਡੀ ਐਂਡ ਲਾਸਟ ਸਟੇਜ ਤੇ ਛੱਡ ਕੇ ਆਇਆ ਸੋ ਵਟ ਵੀ ਇਹ ਕੋਈ ਸਾਨਾ ਕੰਮ ਤੇ ਲੋਕ ਤਾਂ ਬੜਾ ਕੁਝ ਛੱਡ ਜਾਂਦੇ ਨੇ ਲੋਕ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਟੋਟਲ ਪਰਿਵਾਰ ਖਤਮ ਕਰਵਾ ਲਿਆ ਕਿੰਨੀਆਂ ਉਦਾਹਰਨਾਂ ਆਪਣੇ ਕੋਲ ਕਿ ਤੇਰੇ ਤਾਂ ਇੱਕ ਉਹ ਡਿਗਰੀ ਛੱਡਤੀ ਨਾ ਉਹਦਾ ਬਾਰ-ਬਾਰ ਮਤਲਬ ਜ਼ਿਕਰ ਕਰਨਾ ਬੇਰਵਾ ਪਾਉਣਾ ਭਾਈ ਦਲਜੀਤ ਸਿੰਘ ਬਿੱਟੂ ਕਦੇ ਇਹ ਗੱਲ ਨਹੀਂ ਕਰੂਗਾ ਹਾਲਾਂਕਿ ਉਹ ਵੀ ਤਾਂ ਉਹ 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 ਵੀ ਤਾਂ ਉਹ ਉਹ ਘੱਟ ਨਹੀਂ ਸੀ ਕੋਈ ਡਾਕਟਰ ਸੇਖੋਸੀ ਪ੍ਰੀਤਮ ਸਿੰਘ ਉਸੇ ਯੂਨੀਵਰਸਿਟੀ ਚੋਂ ਬੈਟਰ ਨਰੀ ਕਰ ਪਾਸ ਹੋ ਕਰ ਚੁੱਕਿਆ ਸੀਗਾ ਬਈ ਇਹ ਇਹਨਾਂ ਬੰਦਾ ਕਦੇ ਇਸ ਗੱਲ ਦਾ ਜ਼ਿਕਰ ਕਰਨ ਦੀ ਵੀ ਮੈਂ ਐਡਾ ਆਪਦਾ ਕੈਰੀਅਰ ਛੱਡਿਆ ਜਿਹਦਾ ਮਤਲਬ ਕਿਤੇ ਕੈਰੀਅਰ ਨਾਲ ਮੋਹ ਹੈ ਅਟੈਚਮੈਂਟ ਉਹ ਇੱਕ ਮੰਡ ਚੋਂ ਹੰਕਾਰ ਵੀ ਹੈ ਤੇ ਨਾਲ ਚੋਰਾ ਵੀ ਮੈਂ ਜੇ ਕਿਤੇ ਮੈਂ ਨਾ ਤੁਰਦਾ ਇਸ ਰਾਹ ਤਾਂ ਮੇਰੇ ਨਾਲ ਦੇ ਵਾਈਸ ਚਾਂਸਲਰ ਤੱਕ ਪਹੁੰਚ ਗਏ ਯਕਤ ਤੂੰ ਦੋਏ ਬੰਦਾ ਦੇਖਦਾ ਮੇਰੇ ਨਾਲ ਦੇ ਉੱਥੋਂ ਤੱਕ ਪਹੁੰਚ ਗਏ ਮੇਰੇ ਨਾਲ ਦੇ ਉਥੋਂ ਤੱਕ ਪਹੁੰਚ ਗਏ ਤੇ ਮੈਂ ਤਾਂ ਐਵੇਂ ਕਾਦੇ ਪਿੱਛੇ ਨਿਕਲਿਆ ਕੁਛ ਇਹ ਇਹ ਅਕਸਰ ਕਹਿੰਦਾ ਵੀ ਉਹ ਜੋ ਨਿਕਲਿਆ ਕੀ ਖਟਿਆ ਕੀ ਇਹ ਸਵਾਲ ਬਹੁਤ ਵੱਡਾ ਹੈ ਵੀ ਤੁਸੀਂ ਖੱਟੇ ਦਾ ਮਤਲਬ ਲੈਰ ਦੀ ਪ੍ਰਾਪਤੀਆਂ ਨੂੰ ਕਿਵੇਂ ਦੇਖਣਾ ਹੈ ਕੀ ਸਿਰਫ ਇਹਨਾਂ ਵੀ ਤਾਕਤ ਸਤਾ ਹੱਥ ਚ ਆਈ ਕਿ ਨਹੀਂ ਅਬਦਾ ਰਾਜ ਕਾਇਮ ਹੋਇਆ ਕਿ ਨਹੀਂ ਤੋ ਜੇ ਤਾਂ ਤੁਸੀਂ ਜਿੱਤ ਨੂੰ ਇਸ ਤਰੀਕਾ ਡਿਫਾਈਨ ਕਰਨਾ ਜਾਂ ਪ੍ਰਾਪਤੀਆਂ ਨੂੰ ਫਿਰ ਤਾਂ ਠੀਕ ਹੈ ਮਤਲਬ ਕੀ ਖੱਟਿਆ ਹੈ ਮੈਂ ਕਾਮ ਖਾ ਬੇਸੰਧੀ ਚਤੁਰਪੇ ਇਹੀ ਕਹਿਣ ਦਾ ਭਾਵ ਹੈ ਨਾ ਤੇ ਇਹਦਾ ਫਿਰ ਅੱਜ ਦੇ ਕੌਮ ਦੇ ਉੱਤੇ ਖਾਸ ਕਰਕੇ ਯੂਗ ਦੇ ਮਨਾਂ ਤੇ ਭਲਾ ਕਿੰਨਾ ਕੁਛਾ ਪਰਿਆ ਪ੍ਰਭਾਵ ਹੁਣ ਜਿਹੜਾ ਬੰਦਾ ਆਪ ਉਸ ਅਵਸਥਾ ਚ ਰਹਿ ਰਿਹਾ ਜਿਹੜਾ ਉਹਨੂੰ ਉਤਸ਼ਾਹ ਆਲਾ ਕੋਈ ਲੱਗਦਾ ਕੋਣ ਫਿਰ ਉਹਤੇ ਖਿੱਚ ਵੀ ਆਉਂਦੀ ਹੈ ਕਿਉਂਕਿ ਉਹਦੇ ਨਾਲ ਆਪ ਦਾ ਕੁਛ ਘੱਟਦਾ ਲੱਗਦਾ ਫੇਰ ਉਹਨੂੰ ਮਤਲਬ ਇਸ ਤਰ੍ਹਾਂ ਵੀ ਅਸੀਂ ਸਭ ਕੁਝ ਕਰਕੇ ਦੇਖਿਆ ਵੀ ਤੁਸੀਂ ਕੀ ਹੋ ਅਸਤਾ ਇਹ ਜੇ ਘਰਾਂ ਦੇ ਸੀ ਸਾਡਾ ਪਿਆਰਡ ਅਕੈਡੈਮਿਕ ਤੁਸੀਂ ਕੀ ਹੋ ਮਤਲਬ ਕੀ ਕਰ ਲਓਗੇ ਜੇ ਸਾਥੋਂ ਕੁਛ ਨਹੀਂ ਹੋਇਆ ਸੋ ਇਹ ਜਿਹੜੀ ਹੈ ਨਾ ਸੈਂਸ ਆਫ ਸਪੀਰੀਅਰਿਟੀ ਇਹਦੇ ਚ ਨਵਾਂ ਬੰਦਾ ਇਨਾਂ ਤੋਂ ਐਕਸੈਪਟ ਨਹੀਂ ਹੁੰਦਾ ਪ੍ਰਵਾਨ ਨਹੀਂ ਕਰਦਾ ਵਾਬਦਾਫ ਕੁਛ ਘਟਦਾ ਲੱਗਦਾ ਉਹਨਾਂ ਇਹ ਪ੍ਰੋਬਲਮ ਦੀਪ ਸਿੱਧੂ ਵੇਲੇ ਵੀ ਬਹੁਤ ਆਈ ਸੀ ਮੈਂ ਬੜੀ ਦੇਖੀ ਹੈ ਕਿਉਂਕਿ ਇੱਕ ਨਾਇਕ ਉੱਭਰ ਰਿਹਾ ਨਾ ਕੋਈ ਤੇ ਜਿਹੜੇ ਬੰਦੇ ਆਪ ਕਿਸੇ ਮੌਕੇ ਨਾਇਕ ਰਹੇ ਹੋਣ ਕਈ ਤਾਂ ਆਪ ਨਾਇਕ ਵੀ ਨਾ ਰਹੇ ਹੋਣ ਉਹ ਨਾਇਕ ਦੇ ਨਾਲ ਹੋਣ ਸਮਝ ਲਓ ਵੀ ਸਾਡਾ ਨਾਇਕ ਤਾਂ ਹੈ ਵੀ ਉਹ ਸਮੇਂ ਸਮੇਂ ਦੀਆਂ ਗੱਲਾਂ ਹੈ ਸਮਾਂ ਬਦਲਦਾ ਹੈ ਅੱਗੇ ਤੁਰਦਾ ਹੈ ਤੇ ਨਵੇਂ ਨਵੇਂ ਕਾਉਂਦੇ ਸੁਸਾਇਟੀ ਐ ਤਾਂ ਫਿਰ ਨਹੀਂ ਹੁੰਦੀ ਰੁਕ ਜੇ ਕਿਤੇ ਸਾਰੀ ਧਾਰਾ ਹੀ ਜ਼ਿੰਦਗੀ ਦੀ ਉਹ ਨਵਾਂ ਨਾਇਕ ਪ੍ਰਵਾਨ ਕਰਨੇ ਚ ਮਨੋਵਿਗਿਆਨਕ ਔਕੜ ਆਉਂਦੀ ਹੈਗੀ ਮੈਨੂੰ ਪਤਾ ਇਹ ਆਉਂਦੀ ਹੈ ਸੋ ਇਹਨੂੰ ਇਹ ਵੀ ਲੱਗ ਰਿਹਾ ਨਾ ਇਹਨੂੰ ਦੀਪ ਸਿੱਧੂ ਦੀਪ ਸਿੱਧੂ ਕੀ ਕੋਈ ਨਿਮਾਕ ਸੀਸ ਵੀ ਦੇ ਦੇ ਅੱਜ ਇਹ ਅਮਰਤਪਾਲ ਸਿੰਘ ਇਹ ਕੋ ਮੂਰਖ ਸੀਗਾ ਫਿਰ ਕੀ ਖੱਟ ਲਿਆ ਉਹਨੇ ਸੋ ਜੋ ਨਜ਼ਰੀਆ ਨਾ ਇੱਕ ਵੀ ਖੱਟ ਕੀ ਲਿਆ ਸੋ ਫੁੱਲ ਮਿਲਾ ਕੇ ਹੈ ਵੀ ਇਹਨੂੰ ਈਗੋਸੈਂਟ੍ਰਿਕ ਵੀ ਹੈ ਤੇ ਖਾਨਦਾਨ ਦਾ ਗਮਾਨ ਆ ਆਪਣੀ ਅਮੀਰੀ ਦਾ ਵੀ ਮੈਂ ਕਿਹੋ ਜਿਹਾ ਪਰਿਵਾਰ ਚੋਂ ਸੀ ਆਪਦੇ ਇੰਸਟੀਚਿਊਸ਼ਨ ਦਾ ਮੈਂ ਕਿੱਥੇ ਪੜਦਾ ਸੀ ਤੇ ਮੈਂ ਤਾਂ ਕਿੱਥੋਂ ਤੱਕ ਪਹੁੰਚ ਜਾਣਾ ਸੀ ਮੇਰੀ ਕੁਰਬਾਨੀ ਤਾਂ ਮੇਰੀ ਹੀ ਹੈ ਇਹ ਨਜ਼ਰੀਆ ਸਿੱਖੀ ਨਾਲੇ ਦਾ ਕੋਈ ਸਬੰਧ ਨਹੀਂ ਕੱਲੀ ਸਿੱਖੀ ਨਹੀਂ ਕਿਸੇ ਵੀ ਚੰਗੇ ਇਨਸਾਨ ਦੀ ਸੋਚ ਮੈਂ ਕਹਨਾ ਕੋਈ ਚਪੜਾਸੀ ਹੋਏ ਵਿਚਾਰਾ ਉਹਦਾ ਮੁੰਡਾ ਤੁਰੇ ਉਹਦੇ ਕੋਲੇ ਕੁਝ ਨਹੀਂ ਹੋ ਦੱਸਣ ਨੂੰ ਮੈਂ ਕੀ ਦਾਂ ਉਹ 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 ਇੰਨੇ ਚ ਛੋਟਾ ਹੋ ਗਿਆ ਸਗੋ ਵੱਡਾ ਹੋ ਗਿਆ ਤਾਂ ਵੀ ਜਿਹਦੀ ਪਰਿਵਾਰ ਤੇ ਇੰਨੀ ਲੋੜ ਹੈ ਰੋਟੀ ਕਮਾਉਣ ਵਾਸਤੇ ਜਿਹੋਂ ਦੇ ਰਹਿਣ ਵਾਸਤੇ ਉਹ ਕੁਰਬਾਨ ਕਰਿਆ ਆ ਇਹ ਸਰਦਾਰ ਸੇਵਨ ਸਿੰਘ ਮਾਨ ਬਾਰੇ ਵੀ ਜਿਹੜੇ ਬੰਦੇ ਕਹਿੰਦੇ ਨੇ ਨਾ ਉਹ ਡੀਆਈਜੀ ਦੀ ਨੌਕਰੀ ਛੱਡਤੀ ਜੀ ਮੈਂ ਕਹਿੰਦਾ ਯਾਰ ਜਿਹੜੇ ਬੰਦੇ ਨੇ ਚਪਰਾਸੀ ਦੀ ਨੌਕਰੀ ਛੱਡਤੀ ਉਹਦੀ ਵੱਡੀ ਕੁਰਬਾਨੀ ਹੈ ਚੋਕੋ ਤੇ ਕੋਲ ਤਾਂ ਹੋਰ ਕੁਝ ਨਹੀਂ ਉਹਦਾ ਸਾਰੇ ਪਰਿਵਾਰ ਤੇ ਅਸਰ ਪਊਗਾ ਸੋ ਇਹ ਕੁਰਬਾਨੀ ਨੂੰ ਇਸ ਤਰ੍ਹਾਂ ਦੇਖਣਾ ਇਹ ਨਜ਼ਰੀਆ ਠੀਕ ਨਹੀਂ ਗਾ ਇਹ ਅਲੀ ਟੈਸਟ ਇਸ ਇਸ ਤਰ੍ਹਾਂ ਦਾ ਕਰਦਾ ਤੇ ਹੁਣ ਮੈਂ ਮਤਲਬ ਕਹਾ ਵੀ ਮੇਰੇ ਨਾਲ ਦੇ ਬੰਦੇ ਬਹੁਤ ਐਸੀ ਰਿਟਾਇਰ ਹੋਏ ਨੇ ਕਿ ਮੇਰਾ ਦੋਸਤ ਚੀਫ ਇੰਜੀਨੀਅਰ ਰਿਟਾਇਰ ਹੋਇਆ ਤੇ ਮੈਂ ਹੁਣ ਕਹਾ ਵੀ ਮੈਂ ਜੇ ਇਧਰ ਨ ਆਇਆ ਹੁੰਦਾ ਮੈਨੂੰ ਪਤਾ ਹੀ ਵੀ ਉਹਨਾਂ ਦਾ ਜੀਵਨ ਹੋਰ ਆ ਮੇਰਾ ਹੋਰ ਆ ਇਹ ਪੂਰਾ ਸੈਟਿਸਫਾਈਡ ਆ ਵੀ ਉਹਨਾਂ ਨਾਲ ਬਦ ਰਿਚ ਤੇ ਅਰਥਪਰਪੂਰ ਜ਼ਿੰਦਗੀ ਜਿਹੀ ਆ ਤੂੰ ਜ਼ਿੰਦਗੀ ਨੂੰ ਦੇਖ ਦੇ ਕਿਵੇਂ ਉਦਿਆਚਿਕ ਜੋ ਕੁਝ ਕੋਈ मीनिंगफुल ਸੋਸਾਇਟੀ ਨੂੰ ਦੇ ਰਹੇ ਉਹਦੇ ਬਾਅਦ ਸੋ ਇਹ ਇਹਦੀ ਪ੍ਰੋਬਲਮ ਹੈਗੀ ਆ ਮਤਲਬ ਸੋ ਜੋ ਕੁਝ ਉਹਨੇ ਬੋਲ ਰਿਹਾ ਨਾ ਉਹਦੇ ਉਹਦਾ ਜਿਹੜਾ ਪ੍ਰਭਾਵ ਪੈ ਰਿਹਾ ਸੋਸਾਇਟੀ ਤੇ ਇੱਕ ਹਿਸਾਬ ਨਾਲ ਉਹ ਸਾਰੀ ਲਹਿਰ ਨੂੰ ਹੀ ਗਾਲ ਕੱਢ ਰਿਹਾ ਕਿ ਕੀ ਸੀ ਜਦੋਂ ਅਮਰਤਪਾਲ ਸਿੰਘ ਇਹ ਕਹਿੰਦਾ ਵੀ ਤੁਸੀਂ ਇਹੀ ਗਲਤੀ 84 'ਚ ਹੋਈ ਸੀ ਤੱਤੀਆਂ ਤੇ ਗਰਮ ਗੱਲਾਂ ਉਦੋਂ ਹੋਈਆਂ ਕਿਨੇ ਕੀਤੀਆਂ ਉਹ ਤੋਂ ਨਾਉ ਨਹੀਂ ਲੈ ਰਿਹਾ ਲੈ ਲੂਗਾ ਸੰਤਾ ਨਹੀਂ ਕੀਤੀਆਂ ਨਾ ਤੇ ਵੀ ਸਾਡੀਆਂ ਜ਼ਿੰਦਗੀਆਂ ਖਰਾਬ ਕਰਤੀਆਂ ਇਹ ਤਾਂ ਹੁਣ ਉਹ ਹਸਾਬ ਮੰਗਦਾ ਵੀ ਸਾਡੀ ਜਿਹੜੀ ਜ਼ਿੰਦਗੀਆਂ ਖਰਾਬ ਕਰਤੀਆਂ ਉਹ ਦੇਓ ਹਸਾਬ ਤੇ ਇਹ ਹੁਣ ਇਹੋ ਜਿਹੇ ਬੰਦੇ ਨਾਲ મતਲਬ ਕੀ ਡਾਇਲਾਗ ਹੋ ਸਕਦਾ ਪਰ ਕਿਉਂਕਿ ਇਹ ਬੰਦਾ ਬਹੁਤ ਹਉਮੇ ਹੈ ਈਗੋਸੈਂਟ੍ਰਿਕ ਹੈ ਇਹਨੇ ਪਿੱਛੇ ਨਹੀਂ ਮੁੜਨਾ ਇਨੇ ਦਾਬਣਾ ਨਹੀਂ ਨੂੰ ਜਿੰਨੀ ਮਰਜ਼ੀ ਕੋਈ ਗਾਲ ਕੱਢ ਲਿਓ। ਸਗੋਂ ਦੂਣਾ ਚਿੜੂ। ਇਹਦੇ ਚੋਂ ਤਾਂ ਇਹਨੂੰ ਲੱਗੂ ਸਾ ਵੀ ਜਿਵੇਂ ਹੋਰ ਵੈਲੀਡੇਸ਼ਨ ਆਵਦੀ। ਤੇ ਦੂਜੇ ਬੰਦੇ ਹੋਰ ਇਹਨੂੰ ਮਤਲਬ ਚੁੱਕਣਗੇ ਇਸ ਗੱਲ ਦੇ ਉੱਤੇ ਵੀ ਬੜਾ ਠੀਕ ਹੈ ਜੀ ਠੀਕ ਹੈ। ਸੋ ਇਹ ਕੁਝ ਪ੍ਰੋਬਲਮ ਹੈ ਮਤਲਬ ਅਮੀਰ ਕਰਾਂ ਦੇ ਜੁਝਾਰੂ ਆਉਂਦੇ ਨਾ ਪਰ ਉਹ ਟ੍ਰਾਂਸਹੈਂਡ ਹੋ ਜਾਂਦੇ ਆ। ਰੂਸ ਦੇ ਵਿੱਚ ਨਾ ਅਰਿਸਟੋਕ੍ਰੇਟਸ ਨੇ ਬਗਾਵਤ ਕੀਤੀ ਸੀ ਇੱਕ ਬਹੁਤ 19ਵੀਂ ਸਦੀ ਚ ਇਹਨੂੰ ਉਹ ਪੜ ਲੈਣੀ ਚਾਹੀਦੀ ਆ ਉਹ ਬੰਦਿਆਂ ਨੇ ਕੀ ਕੁਝ ਛੱਡ ਕੇ ਤੁਰੇ ਸੀ ਤੇ ਫਿਰ ਉਹਨਾਂ ਨੇ ਭੁਗਤਿਆ ਕੀ ਭੁਗ ਗਿਆ ਕੀ ਕੁਝ ਕਿੱਡੇ ਕਸ਼ਟ ਸਵੇਰੀਆ ਚ ਹੀ ਗਲ ਗਈ ਸਾਰੀ ਉਮਰ ਤੇ ਚੀਨਾ ਚ ਬੰਦ ਕੇ ਲਗੇ ਸੀ ਉਹਨਾਂ ਨੇ ਅਰਿਸਟੋਕ੍ਰੇਟਸ ਜਿਨ੍ਹਾਂ ਕੋਲੇ ਕੋਈ ਪਤਾ ਹੀ ਨਹੀਂ ਹਜ਼ਾਰਾਂ ਹਜ਼ਾਰਾਂ ਏਕੜ ਐਸਟੇਟਸ ਛੱਡ ਕੇ ਰਾਜੇ ਦੇ ਆਪਣੇ ਯਾਰ ਦੇ ਖਿਲਾਫ ਉਹਨੇ ਬਗਾਵਤ ਕੀਤੀ ਲੜਦੇ ਨਾ ਮੀਰ ਪਰ ਇਹ ਨਹੀਂ ਵੀ ਦੂਜਿਆਂ ਨੂੰ ਵੀ ਯਾਰ ਅਸੀਂ ਐਡੀ ਅਮੀਰੀ ਛੱਡ ਕੇ ਤੇ ਤੁਹਾਡੇ ਵਾਸਤੇ ਇਹ ਜੇ ਇਹ ਆ ਗਿਆ ਫਿਰ ਤਾਂ ਉਹ ਕਿਹੜੀ ਸੈਲਫਲੈਸ ਸੈਕਰੀਫਾਈਸ ਕਿਹੜੀ ਹੈ ਇਹ ਤਾਂ ਮੁੱਲ ਮੰਗਣਾ ਮੰਗਣ ਵਾਲੀ ਗੱਲ ਹੈ ਨਾ ਮੈਨੂੰ ਦਿਓ ਉਹਦਾ ਸੋ ਇਹਨਾਂ ਗੱਲਾਂ ਦਾ ਅਲਟੀਮੇਟਲੀ ਇੱਕ ਤਾਂ ਸਿੱਖੀ ਨਾਲ ਕੋਈ ਸਬੰਧ ਨਹੀਂ ਤੇ ਦੂਜਾ ਇਹ ਟੋਟਲ ਮਨਾ ਦੇ ਉੱਤੇ ਡੈਲਟਾ ਹੁਜਰਾ ਪ੍ਰਭਾਵ ਆ ਉਹ ਪਾਉਂਦੀਆਂ ਇਹ ਗੱਲ ਸੋ ਇਹਨੂੰ ਆਪਾਂ ਕੋਈ ਜਾਤੀ ਵਿਚਾਰ ਨਹੀਂ ਕਹਿ ਸਕਦੇ ਜਿਹੜਾ ਬੰਦਾ ਉਹ ਨਿਗਰ ਗਿਆ ਮੈਂ ਦੇਖਿਆ ਬੰਦੇ ਕਈ ਜਾਤੀ ਜ਼ਿੰਦਗੀ ਚ ਆ ਕੇ ਬੜਾ ਨਿਗਰਦੇ ਪਹਿਲਾਂ ਬਹੁਤ ਵੱਡੇ ਜਹਾਰੂ ਰਹੇ ਹੁੰਦੇ ਨੇ ਉਹਨਾਂ ਦਾ ਚਲੋ ਜਾਤੀ ਮਾਮਲਾ ਕੋਈ ਸ਼ਰਾਬ ਪੀਣ ਲੱਗ ਗਿਆ ਕੋਈ ਹੋਰ ਘਟੀਆ ਜੇ ਕੰਮ ਕਰਨ ਲੱਗ ਗਿਆ ਨੁਕਸਾਨ ਤਾਂ ਹੁੰਦਾ ਹੈ ਫਿਰ ਕਿੰਮੇ ਚ ਤਾਂ ਲਹਿਰ ਦਾ ਖਰਾਬ ਹੁੰਦਾ ਹੈ ਪਰ ਕੋਈ ਨਹੀਂ ਉਹ ਆਪਦਾ ਕਰੀ ਜਾਂਦੇ ਨੇ ਉਹਨੂੰ ਜਸਟ ਇਗਨੋਰ ਕਰੋ ਕੀ ਕਰ ਸਕਦੇ ਆ ਪਰ ਜਿਹੜੇ ਬੰਦਾ ਮਤਲਬ ਇੱਕ ਬੋਲਣ ਤੁਰ ਪਿਆ ਚੈਨਲਾਂ ਤੇ ਸਿੱਖ ਵਿਰੋਧੀ ਤਾਕਤਾਂ ਨੇ ਉਹਨੂੰ ਧੱਕ ਲਿਆ ਉਹਨੂੰ ਤੁਸੀਂ ਕਿਵੇਂ ਇਗਨੋਰ ਕਰ ਸਕਦੇ ਹੋ ਛੋ ਇਹ ਨੂੰ ਮਤਲਬ ਸਾਫ ਹੋ ਜਾਣਾ ਚਾਹੀਦਾ ਵੀ ਜਿਹੜਾ ਤੂੰ ਕਰ ਰਿਹਾ ਰੋਲ ਨਿਵਾ ਰਿਹਾ ਇਹ 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 ਕਿੱਥੇ ਕਿਸ ਤਰ੍ਹਾਂ ਦਰਜ ਹੋਊ ਜਦੋਂ ਇਤਿਹਾਸ ਚ ਹੋਊਗਾ ਇਹ ਇੱਥੇ ਕਿਸੇ ਨੇ ਪੁੱਛਣਾ ਵੀ ਕੇਮ ਸੰਗਲ ਦਾ ਮੁੰਡਾ ਸੀ ਕਿਹਦਾ ਸੀ ਐਨ ਕਿਸੇ ਗਰੀਬ ਮਜ਼ਦੂਰ ਦਾ ਮੁੰਡਾ ਵੀ ਹੋਵੇ ਗੱਲ ਤੁਹਾਡੇ ਕਰਮ ਕੀ ਕਮਾਇਆ ਕੀ ਕੀਤਾ ਤੇ ਜੇ ਉਸ ਕੀਤੇ ਤੇ ਮੁੜ ਕੇ ਪਛਤਾਵਾ ਹੈ ਤੇ ਦੂਜਾਂ ਪ੍ਰਤੀ ਇਸ ਤਰ੍ਹਾਂ ਦਾ ਐਟੀਟਿਊਡ ਫੇਰ ਤੋਂ ਉਹ ਵੀ ਲੋਕਾਂ ਦੇ ਬਣਾ ਹੁਣ ਦੇਖ ਲਿਆ ਜੋ ਲੋਕਾਂ ਦੇ ਆ ਰਹੇ ਨੇ ਰਿਐਕਸ਼ਨ ਉਹ ਵੀ ਝੂਠਾ ਲੱਗੀ ਜਾਂਦਾ ਲੋਕਾਂ ਨੂੰ ਹਾਲਾਂਕਿ ਕੋਈ ਠੀਕ ਰਵਈਆ ਨਹੀਂ ਵੀ ਬੰਦੇ ਨੂੰ ਤੁਸੀਂ ਥੋੜਾ ਜਨਾ ਐਨਲਾਈਜ਼ ਕਰੋ ਵੀ ਇੱਕ ਮੌਕੇ ਆਏ ਸੀ ਪਰ ਆਹ ਕਾਰਨਾ ਕਰਕੇ ਹੁਣ ਉਹ ਆਏ ਹੋਗੇ ਪਰ ਛੱਡ ਦਿਓ ਵੱਲ ਤੇ ਇਸ ਨੂੰ ਮਤਲਬ ਵੀ ਨਹੀਂ ਇਹਦਾ ਸਭ ਕੁਝ ਦੇਖੋ ਇਹਦਾ ਪਰਿਵਾਰ ਵੀ ਦੇਖੋ ਦਾ ਫਲਨ ਇਹ ਇਹ ਨਹੀਂ ਰਵਈਆ ਹੈ ਜੀ ਤੋ ਇੱਕ ਕੁਝ ਨਾਰਮਸ ਹੁੰਦੇ ਉਹਦੀ ਪਾਲਣਾ ਹੋਣੀ ਚਾਹੀਦੀ ਹੈ ਤੇ ਬਸ ਉਂਝ ਠੀਕ ਹੈ ਵੀ ਇਹ ਜੋ ਕੁਝ ਲੈ ਕੇ ਆ ਰਿਹਾ ਉਸ ਦਾ ਨੋਟਸ ਜ਼ਰੂਰ ਲੈਣਾ। ਸੋ ਮੈਂ ਹੁਣ ਫੇਰ ਰਿਪੀਟ ਕਰਾਂ ਵੀ ਈਗੋਸੈਂਟ੍ਰਿਕ ਹੈ, ਕੈਰੀਰਿਸਟ ਹੈ ਤੇ ਇਹਨੂੰ ਸਟੇਟਸ ਦਾ ਜੋ ਇੱਕ ਸੋਸ਼ਲ ਸਟੇਟਸ ਹੈ ਪਰਿਵਾਰ ਦਾ ਉਹਦਾ ਗਮਾਨ ਹੈ। ਤੀਜਾ ਇਹ ਬੰਦਾ ਮਾਡਰਨਿਸਟ ਜਿਹੜਾ ਆਧੁਨਿਕਵਾਦੀ ਜਿਹਨੂੰ ਕਹਿੰਦੇ ਆ। ਇਹਦੀ ਸੋਚ ਤੇ ਨਾਲ ਰਾਸ਼ਟਰਵਾਦੀ ਰਾਸ਼ਟਰਵਾਦਤਾ ਹੋ ਜਿਹੜਾ ਵੀ ਮਾਡਰਨਿਸਟ ਹੈ ਜਦੋਂ ਇਹ ਏਡੀ ਉਹ ਕਰਦਾ ਨਾ ਵੀ ਮੈਂ ਕਿਹੜੀ ਯੂਨੀਵਰਸਿਟੀ ਚੋਂ ਆਇਆ ਉਹ ਉਹਦੇ ਉਹਦੇ ਬੜੇ ਗੁੱਡੇ ਬਣ ਰਹੇ ਉਹ ਜਿਹੜੀ ਯੂਨੀਵਰਸਿਟੀ ਕੀ ਹੈ ਉਹ ਤਾਂ ਖਾਸ ਚੀਜ਼ ਹੈ ਹੁਣ ਉਹਦੇ ਬਾਰੇ ਇੱਕ ਹੋਰ ਨਜ਼ਰੀਆ ਵੀ ਹੈ ਵੀ ਇਹ ਪੰਜਾਬ ਦੀ ਸਾਰੀ ਤਬਾਹੀ ਕੀਤੀ ਹੈ ਉਹਦੀ ਜ਼ਿੰਮੇਵਾਰ ਪੀਏ ਜੂ ਹੈ ਨਵੇਂ ਬੀਜਾਂ ਜਿਹੜੇ ਲੈ ਕੇ ਆਏ ਉਹ ਉਹ ਨਵੇਂ ਬੀਜਾਂ ਦੀ ਮੰਗ ਹੀ ਇਹ ਸੀ ਕਿ ਫァਟੇ ਲਾਈ ਜੇ ਤੇ ਨਾਲ ਕੀੜੇ ਮਾਰ ਦਵਾਈਆਂ ਇਹ ਉਹਨਾਂ ਨੂੰ ਪਤਾ ਨਹੀਂ ਸੀ ਉਹ ਤੋਂ ਇਹ ਜਿਹੜੇ ਜੀਵ ਵਿਗਿਆਨੀ ਸੀ ਜਾਰੇ ਆਪਣਾ ਸੀਗੇ ਇਹ ਬੰਦੇ ਵਿਆਹ ਜਦੋਂ ਬੀਜ ਆਉਣਗੇ ਇਹਦੇ ਸਟਿਆ ਨਿਕਲਣਗੇ ਇੱਥੇ ਚਿੜੀਆਂ ਵੀ ਮਰਨ ਲੱਗੀਆਂ ਇੱਥੇ ਜਾਨਵਰੀ ਬਚ ਨਹੀਂ ਨੇ ਰਹਿਣੇ ਜਾਂ ਕਲਾਈਮੇਟ ਤੇ ਟੋਟਲ ਵਾਤਾਵਰਣ ਤੇ ਦਾ ਅਸਰ ਕੀ ਪਊਗਾ ਇਹ ਹੁੱਬ ਕੇ ਕਹਿ ਰਿਹਾ ਵੀ ਉਹਦੋਂ ਦੇਸ਼ ਦਾ ਢਿੱਡ ਭਰਿਆ ਉਹਨਾਂ ਨੇ ਪੂਰ ਦੀ ਸ਼ਾਰਟੇਜ ਸੀ ਪੰਜਾਬ ਨੂੰ ਉਜਾੜ ਕੇ ਦੇਸ਼ ਦਾ ਢਿੱਡ ਪਰਿਆ ਇਹ ਕੋਈ ਬਹੁਤ ਫਾਖਰ ਫਾਖਰ ਵਾਲੀ ਗੱਲ ਹੈ ਸੋਸ ਚਾਲ ਨੂੰ ਸਮਝ ਹੀ ਨਹੀਂ ਸਕੇ ਇਹ ਯੂਨੀਵਰਸਿਟੀ ਜਿਹੜੀ ਆਪਣਾ ਕਾਰਪੋਰੇਟ ਕੈਪਟਲਿਸਟ ਕੈਪਟਲਿਜਮ ਹੈ ਉਹਨਾਂ ਦੀ ਵੱਡੀ ਸਕੀਮ ਚੋਂ ਨਿਕਲੀ ਸੀ ਰੌਕਫੈਲਰ ਤੇ ਫੋਰਡ ਫਾਊਂਡੇਸ਼ਨ ਆਪਾਂ ਚਲੋ ਉਹ ਡਿਟੇਲ ਚ ਨਹੀਂ ਜਾਂਦੇ ਜੇ ਇਹ ਗੱਲ ਨੂੰ ਅੱਗੇ ਹੋਰ ਵਧਾਉ ਆਪਾਂ ਉਹ ਕਰ ਲਾਂਗੇ ਇਹ ਕਿਹੜੀ ਸੋਚ ਚੋਂ ਕਿਹੜੀ ਸਕੀਮ ਚੋਂ ਯੂਨੀਵਰਸਿਟੀ ਨਿਕਲੀ ਇੱਥੇ ਪੰਜਾਬ ਚ ਤੇ ਉਸ ਯੂਨੀਵਰਸਿਟੀ ਦੀ ਕੰਟਰੀਬਿਊਸ਼ਨ ਕੀ ਆ ਭਲਾ ਅੱਜ ਜੋ ਸਾਨੂੰ ਭੁਗਤਣਾ ਪੈ ਰਿਹਾ ਉਹ ਇਸ ਯੂਨੀਵਰਸਿਟੀ ਦੀ ਦੇਣ ਉਹਨਾਂ ਨੂੰ ਪਤਾ ਹੀ ਜੇ ਤਾਂ ਉਹਨਾਂ ਨੂੰ ਇਹ ਪਤਾ ਨਹੀਂ ਸੀ ਵਿਦਾ ਕੁਝ ਹੋਣਾ ਫਿਰ ਕਾਦੇ ਵਿਦਵਾਨ ਨੇ ਉਹ ਜੇ ਪਤਾ ਵੀ ਸੀ ਫੇਰ ਉਹ ਕ੍ਰਾਈਮਨਲ ਸਭ ਕੁਝ ਜਾਣਦੇ ਹੋਏ ਵੀ ਇਹ ਕੀਤਾ ਉਹਨਾਂ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਉਨ ਵਾਸਤੇ ਉਹਨਾਂ ਨੇ ਇੱਕ ਕੰਡੇ ਵਿੱਚ ਤੇ ਜਾਂ ਉਹਨਾਂ ਦੇ ਉਂਝੀ ਮੌਤ ਦਾ ਸਮਾਨ ਤਿਆਰ ਕਰਤਾ ਉਹਨਾਂ ਨੇ ਤਾਂ ਸੋ ਉਹਦਾ ਅੱਜ ਵੀ ਇਹ ਗੁਣਗਾਨ ਕਰਨਾ ਮੈਂ ਤਾਂ ਉਸ ਯੂਨੀਵਰਸਿਟੀ ਚੋਂ ਆ ਜਿੱਤੇ ਸ਼ਰਮ ਆਉਣੀ ਚਾਹੀਦੀ ਐ ਇੱਕ ਸਾਹਿਬ ਅੱਜ ਅੱਜ ਦੀ ਸਿਚੁਏਸ਼ਨ ਚ ਤਾਂ ਸੋ ਇਹ ਆ ਮੇਰੇ ਮੋٹے ਜੀ ਇਹਦੇ ਬਾਰੇ ਤਾਂ ਨਾ ਮਤਲਬ ਵੀ ਉਹਦੇ ਜਿਹੜਾ ਸਾਰਾ ਨਜ਼ਰੀਆ ਨਾ ਤੁਸੀਂ ਉਹਨੂੰ ਉਹ ਉਹ ਦੇਖੋ ਸੋ ਹੁਣ ਆਪਾਂ ਚੱਲਦੇ ਹਾਂ ਜੋ ਆਪਣਾ ਅੱਜ ਦਾ ਦੂਸਰਾ ਵਿਸ਼ਾ ਸੀਗਾ ਹਾਂਜੀ ਤੇ ਜੋ ਜੋ ਅ ਅਮਰਤਪਾਲ ਸਿੰਘ ਦੇ ਉਭਾਰ ਨਾਲ ਮੂਹਰੇ ਆਇਆ ਉਹ ਹੈਗਾ ਕਿ ਭਾਰਤ ਵਿੱਚ ਸਿੱਖ ਗੁਲਾਮ ਸੋ ਅਕਸਰ ਤਾਂ ਦੇਖਿਆ ਜਾਵੇ ਤਾਂ ਜਿਹੜੇ ਪੰਥਕ ਸੋਚਣੀ ਹੈਗੀ ਹੈ ਉਹ ਤਾਂ ਸ਼ੁਰੂ ਤੋਂ ਹੀ ਮੰਨਦੇ ਆਏ ਨੇ ਵੀ ਜਦੋਂ 1947 ਵਿੱਚ ਅ ਭਾਰਤ ਤੇ ਪਾਕਿਸਤਾਨ ਦਾ ਜਨਮ ਹੁੰਦਾ ਹੈ ਤੇ ਅੰਗਰੇਜ਼ਾਂ ਅਹ ਤੋਂ ਇੱਕ ਸਿਆਸੀ ਤੌਰ ਤੇ ਆਜ਼ਾਦੀ ਮਿਲਦੀ ਹੈ ਹਾਂਜੀ ਅ ਪਰ ਸਿੱਖ ਫੇਰ ਵੀ ਆਜ਼ਾਦੀ ਦਾ ਨਿਗ ਨਹੀਂ ਮੰਨ ਸਕਿਆ ਭਾਰਤ ਦੇਸ਼ ਵਿੱਚ ਇਹ ਗੱਲ ਵੀ ਹੁਣ ਥੋੜੀ ਜੀ ਅ ਅਮਰਤਪਾਲ ਸਿੰਘ ਦੀ ਸਰਗਰਮੀਆਂ ਨਾਲ ਇਹ ਨਹੀਂ ਵੀ ਥੋੜੀ ਜੀ ਰਫਤਾਰ ਫੜੀ ਹੈ ਪਰ ਦੂਸਰੇ ਪਾਸੇ ਇੱਕ ਬਹੁਤ ਵੱਡਾ ਇੱਕ ਵਰਗ ਸਿੱਖਾਂ ਦਾ ਪਿਆ ਜਿਨ੍ਹਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਔਰ ਉਹਨਾਂ ਦਾ ਉਹ ਤਾਂ ਦਲੀਲ ਪੇਸ਼ ਕਰਦੇ ਨੇ ਵੀ ਇੱਥੇ ਕੋਈ ਵਤਕਰਾ ਜਾਤ ਪਾਤ ਤੇ ਜਾਂ ਧਰਮ ਦੇ ਆਧਾਰ ਤੇ ਕੋਈ ਵਤਕਰਾ ਤਾਂ ਹੈ ਨਹੀਂਗਾ ਤੇ ਉਹ ਵੀ ਫਿਰ ਮਸਾਲਾ ਦਿੰਦੇ ਨੇ ਵੀ ਸਿੱਖਾਂ ਨੇ ਇਸ ਮੁਲਕ ਵਿੱਚ ਬਹੁਤ ਮੱਲਾ ਮਾਰੀਆਂ ਤੇ ਵੱਡੇ ਵੱਡੇ ਅਹੁਦਿਆਂ ਤੇ ਵੀ ਉਹ ਰਹੇ ਨੇ ਸੋ ਇਹਦਾ ਆਪ ਜੀ ਕਿਵੇਂ ਵਿਸ਼ਲੇਸ਼ਣ ਕਰਨਾ ਚਾਹੋਗੇ ਜਾਂ ਆਪ ਦੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜੀ ਇਸ ਨੂੰ ਇਹ ਵਿਸ਼ਾ ਕਾਫੀ ਵੱਡਾ ਕਿਉਂਕਿ ਇਹ ਵੀਊ ਥੋੜੇ ਜਿਹੇ ਬੰਦਿਆਂ ਦਾ ਇਹ ਬੜੇ ਲੰਮੇ ਚਿਰ ਤੋਂ ਜਦੋਂ ਉਹਦੀ ਸਾਡਾ ਸੰਤ ਲੈ ਕੇ ਆਇਆ ਨਾ ਸਿੱਖ ਭਾਰਤ ਅੰਦਰ ਗੁਲਾਮ ਇਹ ਨਹੀਂ ਵੀ ਸਾਰੇ ਲੋਕਾਂ ਨੇ ਇਹ ਪ੍ਰਵਾਨ ਕਰ ਲਿਆ ਸੀ ਇੱਕ ਵਰਗ ਸੀ ਜਿਹਨੇ ਨਾ ਉਹ ਤੋਂ ਮੰਨਿਆ ਨਾ ਹੁਣ ਮੰਨ ਰਹੇ ਸੋ ਇਹ ਤਾਂ ਮੇਰਾ ਖਿਆਲ ਆ ਪਾਣਾ ਇਹਦੇ ਬਾਰੇ ਇੱਕ ਵੱਖਰੀ ਵੀਡੀਓ ਕਰੀਏ ਇਹ ਵਿਸ਼ਾ ਥੋੜਾ ਜਿਹਾ ਮੈਂ ਡਿਟੇਲਸ ਤੇ ਜਾ ਕੇ ਇੱਥੇ ਗੱਲ ਕਰਨੀ ਚਾਹਣਾ ਇਹ ਸੋਚ ਕੀ ਆ ਭਲਾ ਤੇ ਸਾਡੇ ਸਾਡਾ ਕਾਉਂਟਰ ਆਰਗੂਮੈਂਟ ਕੀ ਆ ਭਲਾ ਇੱਕ ਤਾਂ ਉਹ ਹੀ ਰਿਪੀਟ ਕਰੀ ਚੱਲੋ ਕਿ ਦੱਸਦਾ ਨਹੀਂ ਗੁਲਾਮ ਹੈ ਗੁਲਾਮ ਹੈ ਕਿ ਕਿਉਂ ਇਹ ਸੋਚ ਉੱਠ ਰਹੀ ਹੈ ਤੇ ਸਾਡਾ ਇਹਦੇ ਬਾਰੇ ਨਜ਼ਰੀਆ ਕੀ ਹੈ ਇਹ ਆਪਾਂ ਬਾਅਦ ਚ ਕਰਾਂਗੇ ਬਾਕੀ ਜਿਹੜਾ ਅਮਰਤਪਾਲ ਸਿੰਘ ਦਾ ਹੈਗਾ ਬਰਤਾਰਾ ਜੀ ਦੇਖੋ ਉਹਦਾ ਵਿਰੋਧ ਹੋਣਾ ਬੜਾ ਸੁਭਾਅਕ ਇਕ ਤੱਕ ਕੁਝ ਗੱਲਾਂ ਇਹ ਜੀਆਂ ਹੋ ਗਈਆਂ ਵੀ ਉਹ ਕੋਈ ਨੇਚਰਲ ਬੇ ਨਾਲ ਨਹੀਂ ਆਇਆ ਜਿਹੜਾ ਜਿਵੇਂ ਕਿ ਆਮ ਆਉਂਦੇ ਹੁੰਦੇ ਨੇ ਵੀ ਬੰਦਾ ਇੱਥੇ ਕੰਮ ਕਰ ਰਿਹਾ ਹੈ ਹੌਲੀ ਹੌਲੀ ਉਹ ਬਰ ਆਇਆ ਸੋ ਅਚਾਨਕ ਆਇਆ ਬਾਹਰੋਂ ਆਇਆ ਕੋਈ ਪਹਿਲਾਂ ਕਿਸ ਨੂੰ ਪਤਾ ਨਹੀਂ ਸਿਰਫ ਜਿਹੜੇ ਉਹ ਜਥੇਬੰਦੀ ਹੈ ਵਾਰਿਸ ਪੰਜਾਬ ਦੇ ਉਹਨਾਂ ਦੇ ਥੋੜੇ ਜੇ ਬੰਦਿਆਂ ਨੂੰ ਪਤਾ ਹੈ ਮਤਲਬ ਵੀ ਜਾ ਉਹਦਾ ਉਹ ਹੀ ਪਲੀਡਰ ਹੈ ਪਰ ਫਿਰ ਉਹਨੂੰ ਜਿਸ ਤਰ੍ਹਾਂ ਮਤਲਬ ਉਹਨੂੰ ਪੇਸ਼ ਕੀਤਾ ਗਿਆ ਤੇ ਅੱਜ ਦਾ ਯੁੱਗ ਦੇਖੋ মিডিਏ ਦਾ ਤਾਂ ਹੈ ਗਈ ਹੈ ਮਾਸ ਮੀਡੀਏ ਦਾ ਸੋ ਇਹਦੇ ਚਾਪਾਂ ਜੇ ਕਹੀਏ ਵੀ ਇਵੈਂਟ ਮੈਨੇਜਮੈਂਟ ਉਹ ਤਾਂ ਹੁਣ ਪਾਰਟ ਬਣ ਗਈ ਆ ਪੋਲਿਟਿਕਸ ਦਾ ਇਹ ਤੋਂ ਬਿਨਾ ਕੋਈ ਵੀ ਤਾਕਤ ਅੱਗੇ ਨਹੀਂ ਚੱਲ ਰਹੀ ਕਿਉਂਕਿ ਇੱਕ ਥੋੜੀ ਜਿਹੜੀ ਪਰਸੈਪਸ਼ਨ ਬਣਾਉਣੀ ਆ ਆਮ ਲੋਕਾਂ ਦੀ ਉਹ ਸੋਸ਼ਲ ਮੀਡੀਆ ਬਣਾਉਂਦਾ ਇੱਕ ਮੌਕਾ ਸੀ ਜਦੋਂ ਆਪਾਂ ਡਿਸਮਿਸ ਕਰਦੇ ਸੀ ਵੀ ਤਾਂ ਫੇਸਬੁੱਕ ਦੀਆਂ ਗੱਲਾਂ ਹੁਣ ਫੇਸਬੁੱਕ ਦੀਆਂ ਗੱਲਾਂ ਰਿਐਲਿਟੀ ਨੂੰ ਵੀ ਇਫੈਕਟ ਕਰਦੀਆਂ ਲੋਕਾਂ ਦੀ ਪਰਸੈਪਸ਼ਨ ਬਣਦੀ ਆ ਸੋ ਅਜੇ ਅਮਰਤਪਾਲ ਨੇ ਇੱਥੇ ਕੋਈ ਇਹੋ ਜਿਹਾ ਕੰਮ ਨਹੀਂ ਸੀ ਕੀਤਾ ਜਿਹਦੇ ਕਰਕੇ ਉਹਨੂੰ ਲੋਕ ਬਹੁਤ ਵੀ ਉਕਾਸਾਂ ਜਾਗ ਪਿਆ ਵੀ ਵੱਡਾ ਪਰ ਉਹ ਕਿਉਂਕਿ ਸੋਸ਼ਲ ਮੀਡੀਆ 'ਚ ਇਸ ਤਰ੍ਹਾਂ ਪ੍ਰੋਜੈਕਟ ਹੋ ਗਿਆ ਤੇ ਉਹਨੇ ਇੱਕ ਹਿਲਜੁਲ ਪੈਦਾ ਕੀਤੀ ਤੇ ਉਹਨੇ ਜਿਹੜਾ ਪ੍ਰੋਗਰਾਮ ਐਲਾਨਤਾ ਵੀ ਅਸੀਂ ਗੁਰੂ ਨੂੰ ਸੀਸਪੇਟ ਕਰਨਾ ਹੈ ਅਮਰਤਪਾਨ ਕਰਨਾ ਉਸਨੇ ਨੇਚਰਲੀ ਸਿੱਖਾਂ ਦੇ ਜਿਹੜੇ ਹੈਗੇ ਸ਼ਰਧਾ ਵਾਲੇ ਸਿੱਖ ਉਹਨਾਂ ਨੂੰ ਟੁੰਬਿਆ ਇਸ ਗੱਲ 'ਚ ਕਿਉਂਕਿ ਜੋ ਨਸ਼ਿਆਂ ਦਾ ਵਰਤਾਰਾ ਜੋ ਧਰਮ ਸਾਡੇ ਲੱਗ ਹੀ ਰਿਹਾ ਹੈ ਨਾ ਵੀ ਧਰਮ ਤੇ ਅਟੈਕ ਬੜਾ ਹੋ ਰਿਹਾ ਹੈ ਧਰਮ ਘੇਰੇ ਚ ਸੋ ਉਹਦੇ ਨੂੰ ਚੰਗਾ ਲੱਗਿਆ ਉਹਨਾਂ ਨੂੰ ਚੰਗਾ ਲੱਗਾ ਉਸ ਕੋਟ ਮਿਲ ਗਈ ਹੁਣ ਇਹ ਕਹਿਣਾ ਵੀ ਯਾਰ ਉਹ ਈਵੈਂਟ ਮੈਨੇਜਮੈਂਟ ਸੀਗੀ ਈਵੈਂਟ ਬਣਾਇਆ ਨੇ ਅਮਰਤਾ ਸਿੱਖਿਆ ਕਰਨ ਨੂੰ ਅੱਜ ਤੱਕ ਕਿਸੇ ਨੇ ਨਹੀਂ ਬਣਾਇਆ ਉਹ ਪਹਿਲੀ ਗੱਲ ਤਾਂ ਪਹਿਲਾਂ ਸੋਸ਼ਲ ਮੀਡੀਆ ਹੈ ਹੀ ਨਹੀਂ ਸੀ ਇਸ ਤਰ੍ਹਾਂ ਦਾ ਈਵੈਂਟ ਕਿਵੇਂ ਕੋਈ ਬਣਾ ਦਿੰਦਾ ਜਦੋਂ ਸੰਤ ਆਤਰ ਸੂਨੇ 6 ਲੱਖ ਦੇ ਕਰੀਬ ਕਹਿੰਦੇ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਸੀ ਆਪਦੀ ਉਹਨਾਂ ਇੱਕ ਜ਼ਿੰਦਗੀ ਚ ਤੇ ਤੇਰਾ ਖਿਆਲ ਉਹਦੇ ਚ ਉਹ ਹਜ਼ਾਰਾਂ ਹਜ਼ਾਰਾਂ ਦੀ ਗਿਣਤੀ ਚ ਨਹੀਂ ਛਕਾਇਆ ਹੂ ਪਰ ਉਹ ਨਹੀਂ ਪਬਲਿਸਾਈਜ਼ ਹੋਇਆ ਉਦੋਂ ਨਾ ਅਖਬਾਰ ਨਾ ਕੋਈ ਹੋਰ ਸਾਧਨ ਤੇ ਅੱਜ ਇਹ ਤਾਂ ਅੱਜ ਤਾਂ ਹਰ ਚੀਜ਼ ਬਣਦੀ ਹੈ ਮਤਲਬ ਉਹ ਮੀਡੀਆ ਨੋਟਿਸ ਲੈਂਦਾ ਦੂਜੀ ਗੱਲ ਜੇ ਈਵੈਂਟ ਬਣਾਤਾ ਹੀ ਨਹੀਂ ਇਤਨਾ ਨੁਕਸਾਨ ਕੀ ਹੋ ਗਿਆ ਭਲਾ ਜਾਤਾ ਹੋਵੇ ਨਾ ਕੋਈ ਕੰਜਰੀਆਂ ਦਾ ਨਾਚ ਕਰਵਾ ਕੇ ਈਵੈਂਟ ਬਣਾਤਾ। ਇਹ ਸੋਸਾਇਟੀ ਤੇ ਬੜਾ ਮੜਾ ਆਸਰ ਪੈ ਗਿਆ। ਜੇ ਕਿਤੇ ਯੂਥ ਦੇ ਵਿੱਚ ਅੰਮ੍ਰਿਤ ਛਕਣ ਦੀ ਇੱਕ ਮਤਲਬ ਚਾਹਤ ਪੈਦਾ ਹੋਈ ਹੈ। ਇਸ ਤਰ੍ਹਾਂ ਕਰਕੇ ਉਹ ਤਾਂ ਹੋਈ ਲੱਗਦੀ ਹੈ ਨਾ। ਸੋ ਇਹਦੇ ਪ੍ਰਤੀ ਇਸ ਤਰ੍ਹਾਂ ਨਹੀਂ ਹੁਣ ਇਹਦਾ ਜਿਹੜਾ ਵਿਰੋਧ ਹੋ ਰਿਹਾ ਹੈ ਨਾ ਉਹ ਦੋ ਤਰ੍ਹਾਂ ਦੀਆਂ ਸ਼ਕਤੀਆਂ ਵੱਲੋਂ। ਇੱਕ ਤਾਂ ਜਿੰਨੀਆਂ ਵੀ ਸਿੱਖ ਦੋਖੀ ਤਾਕਤ ਹੈ। ਹਿੰਦੂ ਉਨਾ ਬਲੂ ਨੇਚਰ ਲਾ ਜਿੰਨੇ ਨੈਸ਼ਨਲਿਸਟ ਹੈ ਰਾਸ਼ਟਰਵਾਦੀ ਹੈ ਜਿੰਨੇ ਕਮਿਊਨਿਸਟ ਹੈ ਜਿੰਨੇ ਸੈਕੂਲਰਿਸਟ ਹੈ ਇਹ ਸੈਕਸ਼ਨ ਬਹੁਤ ਹੈ ਸਿੱਖਾਂ ਚ ਵੀ ਤੇ ਉਹ ਵਿਰੋਧ ਇਹਦਾ ਨਹੀਂ ਉਹ ਸੰਤਾਂ ਦੇ ਕਰਦੇ ਉਦੋਂ ਤੇ ਉਹਨਾਂ ਦਾ ਇਹ ਵਿਰੋਧ ਹੈ ਸੋ ਮੇਰੇ ਮੁਤਾਬਕ ਇਹਨੇ ਦੋ ਗੱਲਾਂ ਤੇ ਜ਼ੋਰ ਦੇ ਆ ਦਿੱਤਾ ਆ ਕਿ ਇੱਕ ਵੀ ਅਸੀਂ ਭਾਰਤ ਅੰਦਰ ਗੁਲਾਮ ਆ ਇਹ ਕੁ ਨਮੀਨੀ ਗੱਲ ਕੀਤੀ ਹੈ ਸੰਤਾਂ ਦੀ ਕਹੀ ਦੀਪ ਸਿੱਧੂ ਦੀ ਕਹੀ ਉਹੀ ਗੱਲ ਇਹਨੇ ਹੋਰ ਜ਼ੋਰ ਨਾਲ ਕਹਤੀ ਹੈ ਇੱਕ ਤਾਂ ਮਤਲਬ ਇਹ ਇਹ ਦੂਜੀ ਗੱਲ ਜਿਹੜੀ ਇਹਨੇ ਮਤਲਬ ਕੀਤੀ ਹੈ ਉਹ ਖਾਲਸਤਾਨ ਦੀ ਵੀ ਸਾਡਾ ਨਿਸ਼ਾਨਾ ਉਹ ਜ਼ੋਰ ਨਾਲ ਰੱਖੀ ਹੈ ਸੋ ਇਹਨਾਂ ਦੋਹਾਂ ਗੱਲਾਂ ਤੇ ਦੀ ਵਿਰੋਧਤਾ ਹੋ ਰਹੀ ਸੋ ਮੇਰਾ ਖਿਆਲ ਹੈ ਕਿ ਸਾਡ ਜਿਹੜੇ ਤਾਂ ਹੈਗੀਆਂ ਸਿੱਖ ਦੋਖੀ ਤਾਕਤਾਂ ਉਹਨਾਂ ਨੂੰ ਤਾਂ ਵਿਰੋਧ ਕਰਨਾ ਹੈ ਪਰ ਜਿਹੜੀਆਂ ਸਿੱਖ ਹੈ ਤੈਸ਼ੀ ਤਾਕਤਾਂ ਜਾਂ ਵਰਗ ਹੈ ਉਹ ਇਸ ਵਿਰੋਧ ਦਾ ਹਿੱਸਾ ਕਿਉਂ ਬਣੇ ਅਜੇ ਨਮਾ ਆਇਆ ਹੈ ਅਣਜਾਣ ਵੀ ਹੈ ਜੀ ਨੇਚਰਲੀ ਹੁਣ ਬੰਦਾ ਪੇਟ ਸਿੱਖ ਕੇ ਥੋੜਾ ਆਉਂਦਾ ਕੁਝ ਗੱਲਾਂ ਉਹਨੇ ਆਮਲ 'ਚ ਵੀ ਸਿੱਖਣੀਆਂ ਹੋਣਗੀਆਂ ਅਜੇ ਸਮਾਂ ਦਿਓ ਉਹਨੂੰ ਮਤਲਬ ਮੇਰੇ ਮੁਤਾਬਿਕ ਤੇ ਜਿੰਨਾ ਠੀਕ ਕਰਦਾ ਉਹਦੀ ਸਪੋਰਟ ਕਰੋ ਤੇ ਜੇ ਤੁਹਾਨੂੰ ਕਿਤੇ ਲੱਗਦਾ ਗਾਹਾਂ ਜਾ ਕੇ ਵੀ ਇਹ ਤਾਂ ਬਹੁਤ ਕੌਮ ਦਾ ਨੁਕਸਾਨ ਕਰ ਰਿਹਾ ਹੈ ਫਿਰ ਤੁਸੀਂ ਉਹ ਕਰ ਪਰ ਇੱਕ ਗੱਲ ਯਾਦ ਰੱਖੋ ਕਿ ਇੱਕ ਬਿਲਕੁਲ ਅਣਜਾਣ ਜਿਹਨੂੰ ਕੋਈ ਜਾਣਦਾ ਨਹੀਂ ਨਵਾਂ ਬੰਦਾ ਆ ਕੇ ਸੈਂਟਰ ਸਟੇਜ ਤੇ ਕਿਵੇਂ ਆ ਗਿਆ ਇਹ ਨਾ ਸੋਚੋ ਕਿ స్టేਟ ਨੇ ਲਿਆਤਾ ਪੁੱਠੀ ਸੋਚ ਸਾਡੇ ਹੁੰਦੀ ਹੈ ਸੋਚੋ ਇਹ ਵੀ ਇੱਕ ਖਲਾ ਕਿਉਂ ਹੋ ਗਿਆ ਇੱਥੇ ਪੈਦਾ ਕਿੰਨੇ ਤੁਰੇ ਫਿਰ ਦਿਨ ਪਹਿਲਾਂ ਹੋਰ ਦਥੇ ਬੰਦੀਆਂ ਕਿੰਨੀਆਂ ਉਹਨਾਂ ਦੇ ਹੁੰਦਿਆਂ ਇਹ ਖਲਾ ਏਡਾ ਵੱਡਾ ਕਿਉਂ ਹੈ ਵੀ ਲੋਕ ਯੂਥ ਡੀਕ ਰਿਹਾ ਵੀ ਕੋਈ ਆਵੇ ਦੀਪ ਵੀ ਇਸ ਤਰ੍ਹਾਂ ਅਸੀਂ ਦੀਪ ਸਿੱਧੂ ਉਹ ਵੀ ਪ੍ਰਵਾਨ ਨਹੀਂ ਹੋਇਆ ਉਹਦੇ ਨਾਲ ਵੀ ਇਹ ਗੱਲਾਂ ਜੁੜੀਆਂ ਜੋ ਤਾਂ ਏਜੰਸੀਆਂ ਦਾ ਜਿਉਂ ਫੋਟੋਆਂ ਆਉਂਦੀਆਂ ਜਾਂ ਹੋਰ ਤਰ੍ਹਾਂ ਮਿਲੀਆਂ ਸੋ ਇਹ ਜਿਹੜਾ ਸ਼ੱਕ ਜੇ ਮਤਲਬ ਉਠਾਉਣੇ ਨਾ ਪੈਦਾ ਕਰਨੇ ਇਹ ਵੀ ਤੁਹਾਨੂੰ ਕਿਤੇ ਥੋੜੀ ਜਿਹੜੀ ਲੜਨ ਦੀ ਸਪਿਰਟ ਨੂੰ ਕਮਜ਼ੋਰ ਕਰ ਦਿੰਦੇ ਨੇ ਕੌਮ ਦੀ ਜਿੱਦ ਕਿਤੇ ਪ੍ਰੂਵ ਹੋ ਜਾਊਗਾ ਇਹ ਇੱਕ ਦਿਨ ਲੱਗਣਾ ਕੰਮ ਚੋਂ ਖਤਮ ਹੋਣ ਨੂੰ ਇੱਕ ਦਿਨ ਤੇ ਹੁਣ ਤੁਸੀਂ ਪਹਿਲਾਂ ਹੀ ਮਤਲਬ ਵੀ ਨਹੀਂ ਇਹ ਦੇਖ ਲਿਓ ਦੇਖ ਲਿਓ ਪੱਕ ਨਾਲ ਵੀ ਬਾਰੇ ਮੈਂ ਬੰਦੇ ਆਏ ਕਹਿੰਦੇ ਰਹੇ ਦੇਖ ਲਿਓ ਤੁਸੀਂ ਇਹਨੇ ਐ ਕਰਨਾ ਇਹਨੇ ਐ ਕਰਨਾ ਇਹ ਇੱਕ ਕਮਜ਼ੋਰ ਮਨਾਂ ਚੋਂ ਨਿਕਲੀ ਹੋਈ ਗੱਲ ਹੈ ਸੋ ਮੇਰਾ ਮਤਲਬ ਅਜੇ ਮੈਂ ਬਹੁਤਾ ਨਹੀਂ ਅਮਰਤ ਬਾਦ ਸਿੰਘ ਬਾਰੇ ਕਿਉਂਕਿ ਮੈਂ ਮੰਨ ਕੇ ਚੱਲਦਾ ਵੀ ਅਜੇ ਨਾਮ ਤੇ ਅਣਜਾਣ ਕੁਝ ਗੱਲਾਂ ਆਉਧੀਆਂ ਕਹਿਣ ਤੇ ਕਰਨ 'ਚ ਫਰਕ ਹੋ ਸਕਦਾ। ਉਹ ਵੱਖਰੇਵੇਂ ਵੀ ਹੋ ਸਕਦੇ ਨੇ। ਪਰ ਤੁਸੀਂ ਇਸ ਆਧਾਰ ਤੇ ਪਬਲਿਕਲੀ ਉਹਦੇ ਖਿਲਾਫ ਚੱਲ ਕੋ ਦੂਜਿਆਂ ਦਾ ਹਿੱਸਾ ਬਣ ਜਿਓ। ਕਿਉਂ ਨਹੀਂ ਤੁਸੀਂ ਉਹ ਵੀ ਦੇਖ ਸਕਦੇ ਵੀ ਦੇਖੀਏ ਇਹ ਕੀ ਕਰਦਾ ਤੇ ਕੋਈ ਗੱਲ ਨਹੀਂ ਬੜਾ ਸਮਾਂ ਪਿਆ ਫੇਰ ਕਰ ਲਿਓ। ਇੰਨੀ ਇੱਕ ਗੱਲ ਐ ਤਾਂ। ਤੇ ਦੂਜਾ ਜਿਹੜਾ ਹੈਗਾ ਉਹ ਉਹ ਵਿਸ਼ਾ ਮੇਰੇ ਵਾਸਤੇ ਮੈਨੂੰ ਲੱਗਦਾ। ਉਹ ਬਾਰ-ਬਾਰ ਉਠਦਾ ਕਿ ਦੱਸੋ ਕਿਵੇਂ ਗੁਲਾਮ ਆ ਦੱਸੋ ਕਿਵੇਂ ਗੁਲਾਮ ਆ। ਉਹ ਤੇ ਆਪਾਂ ਫੇਰ ਇੱਕ ਵੱਖਰੀ ਵੀਡੀਓ ਕਰਾਂਗੇ ਥੋੜਾ ਜਿਆਦਾ ਟਾਈਮ ਲਾ ਕੇ ਜੀ ਹਾਂਜੀ ਸੋ ਇਸ ਹਨ ਸਰਦਾਰ ਰਜਮੀਰ ਸਿੰਘ ਜੀ ਜਿਨ੍ਹਾਂ ਦਾ ਜ਼ਬਾਨੀ ਤੁਸੀਂ ਸੁਣਿਆ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਵਰਤਾਰਾ ਤੇ ਉਸ ਨਾਲ ਜੋ ਸੰਬੰਧਤ ਵਾਦ-ਰਿਵਾਦ ਸਾਹਮਣੇ ਆਇਆ ਹੈ ਤੇ ਨਾਲ ਦੀ ਨਾਲ ਹੀ ਤੁਸੀਂ ਰਣਜੀਤ ਸਿੰਘ ਕੁੱਕੀ ਗਿੱਲ ਉਹਨਾਂ ਵੱਲੋਂ ਜੋ ਪ੍ਰतिकਰਮ ਜ਼ਾਹਿਰ ਕੀਤਾ ਗਿਆ ਹੈ ਪਿਛਲੇ ਕੁਝ ਦਿਨਾਂ ਦੀ ਸਰਗਰਮੀਆਂ ਬਾਰੇ ਉਹਦੀ ਵੀ ਵਿਆਖਿਆ ਸੁਣੀ ਇਸ ਵਾਰ ਸਿਰਫ ਇੰਨਾ ਹੀ ਅਗਲੀ ਵਾਰੀ ਛੇਤੀ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਹੀ ਆਗਿਆ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ